ਅੱਜ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਨੂੰ ਕਿ ਉਹ ਰਾਜ ਸੀ ਬਦਲਾਖੋਰੀ ਦੀ ਨੀਤੀ ਦਾ ਤਿਆਗ ਕਰੇ। ਪੰਜਾਬ ਸਰਕਾਰ ਜਿਸ ਤਰ੍ਹਾਂ ਰਾਜ ਸੀ ਵਿਰੋਧੀਆਂ ਨੂੰ ਦਬਾਉਣ ਲਈ ਧਮਕਾਉਣ ਲਈ ਹੱਥਕੰਡੇ ਵਰਤਣੇ ਸ਼ੁਰੂ ਕੀਤੇ ਨੇ, ਉਹ ਲੋਕ ਰਾਜੀ ਕਦਰਾਂ ਕੀਮਤਾਂ ਰਾਜਸੀ ਸ਼੍ਰਿਸ਼ਟਾਚਾਰ ਦੇ ਉਲਟਾ ਇਹ ਇਤਿਹਾਸਿਕ ਸੱਚ ਆ ਕਿ ਕਿਸੇ ਰਾਜਸੀ ਵਿਰੋਧੀ ਨੂੰ ਨਾ ਡਰਾ ਕੇ ਨਾ ਦਬਕਾ ਕੇ ਉਹਦੀ ਆਵਾਜ਼ ਬੰਦ ਨਹੀਂ ਕੀਤੀ ਜਾ ਸਕਦੀ। ਬਿਕਰਮ ਮਜੀਠੀਏ ਦੇ ਕੇਸ ਦੇ ਵਿੱਚ ਜਾਣੀ ਜੇਲ੍ਹ ਮੈਨੂਅਲ ਅਨੁਸਾਰ ਜੇਲ੍ਹ ਦੇ ਨਿਯਮਾਂ ਅਨੁਸਾਰ ਜਿਹੜੀਆਂ ਰੂਲਸ ਰੈਗੂਲੇਸ਼ਨ ਅਨੁਸਾਰ ਸਹੂਲਤਾਂ ਮਿਲਦੀਆਂ ਨੇ, ਮਤਲਬ ਉਹ ਵੀ ਰੋਕ ਦਿੱਤੀਆਂ ਗਈਆਂ ਔਰ ਗੈਰ ਮਨੁੱਖੀ ਵਰਤਾਓ ਹੋ ਰਿਹਾ, ਇਨਹਿਊਮਨ ਐਟੀਚਿਊਡ ਜਿਹੜਾ ਹੈ ਸਰਕਾਰ ਦਾ ਉਹ ਮਤਲਬ ਬਿਲਕੁਲ ਹੀ ਰਾਜਸੀ ਸ਼ਿਸ਼ਟਾਚਾਰ ਦੇ ਉਲਟਾ, ਰਾਜਸੀ ਕਦਰਾਂ ਕੀਮਤਾਂ ਦੇ ਉਲਟਾ, ਮਨੁੱਖੀ ਕਦਰਾਂ ਕੀਮਤਾਂ ਦੇ ਉਲਟਾ। ਮਤਲਬ ਪੰਜਾਬ ਦੇ ਵਿੱਚ ਲੋਕ ਰਾਜੀ ਸਿਸਟਮ ਨੂੰ ਤਾਨਾਸ਼ਾਹੀ ਸਿਸਟਮ ਵਿੱਚ ਬਦਲਿਆ ਜਾ ਰਿਹਾ। ਕੋਈ ਵੀ ਪਾਰਟੀ ਜਦੋਂ ਮਨੁੱਖੀ ਹੱਕਾਂ ਲਈ ਲੜਦੀ ਆ, ਮਾਨਵੀ ਹੱਕਾਂ ਲਈ ਸੰਘਰਸ਼ ਕਰਦੀ ਆ, ਕਿਸੇ ਇੱਕ ਵਿਅਕਤੀ ਲਈ, ਕਿਸੇ ਇੱਕ ਪਾਰਟੀ ਜਾਂ ਕਿਸੇ ਇੱਕ ਧਿਰ ਲਈ ਨਹੀਂ, ਸਮੁੱਚੇ ਮਨੁੱਖੀ ਭਾਈਚਾਰੇ ਦੇ ਹੱਕਾਂ ਲਈ ਲੜਦੀ ਆ। ਔਰ ਇਹ ਸੱਚ ਆ ਕਿ ਕਿੰਨਾ ਵੀ ਕੋਈ ਗੁਨਾਹਗਾਰ ਹੋਵੇ, ਜੇਲ੍ਹ ਦੇ ਵਿੱਚ ਮਨੁੱਖੀ ਜੀਵਨ ਜੀਣ ਦੀਆਂ ਸਹੂਲਤਾਂ ਉਹਨੂੰ ਦਿੱਤੀਆਂ ਜਾਂਦੀਆਂ ਨੇ, ਇੱਥੋਂ ਤੱਕ ਕਿ ਫਾਂਸੀ ਦੀ ਸਜ਼ਾ ਵੀ ਜਿਹਨੂੰ ਸੁਣਾਈ ਜਾਂਦੀ ਆ, ਸਜ਼ਾ ਸੁਣਾਉਣ ਤੋਂ ਬਾਅਦ ਫਾਂਸੀ ਲੱਗਣ ਤੱਕ ਉਹਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਬਿਕਰਮ ਮਜੀਠੀਆ ਅਕਿਊਜ਼ਡ ਆ, ਕਨਵਿਕਟਡ ਨਹੀਂ। ਇਹ ਸਮਝਣ ਦੀ ਲੋੜ ਆ ਕਿ ਉਹ ਮਤਲਬ ਕਨਵਿਕਟਡ ਨਹੀਂ ਹੈ, ਉੱਥੇ ਜਿਹੜੇ ਅੰਡਰ ਟ੍ਰਾਇਲ ਅਤੇ ਕਨਵਿਕਟਡ ਲੋਕ ਨੇ ਉਹਨਾਂ ਨੂੰ ਅੱਡ ਅੱਡ ਜੇਲ੍ਹ ਮੈਨੂੰ ਅਨੁਸਾਰ ਰੱਖਿਆ ਵੀ ਜਾਂਦਾ ਅਤੇ ਉਹਨਾਂ ਨੂੰ ਜੋ ਇੰਟਾਈਟਲਡ ਹੁੰਦੇ ਜਿਹੜੇ ਜਿਹੜੀਆਂ ਗੱਲਾਂ ਦੇ ਉਹ ਉਸ ਮੁਤਾਬਕ ਪ੍ਰੋਵਾਈਡ ਕੀਤੀਆਂ ਜਾਂਦੀਆਂ। ਮਤਲਬ ਜਿਹੜੇ ਇੰਟਾਈਟਲਮੈਂਟ ਆ ਜਿਹੜੀ ਚੀਜ਼ਾਂ ਦੀ ਉਹਦੇ ਸੰਬੰਧੀ ਵੀ ਮਤਲਬ ਜਿਸ ਤਰੀਕੇ ਦਾ ਉਹਨਾਂ ਨੂੰ ਉੱਥੇ ਰੱਖਿਆ ਜਾ ਰਿਹਾ, ਉਹਦੇ 'ਚ ਬਦਲਾਖੋਰੀ ਦੀ ਰਾਜਸੀ ਬਦਲਾਖੋਰੀ ਦੀ ਬੂ ਆ ਰਹੀ ਆ। ਜੇਲ੍ਹ ਮੰਤਰੀ ਵੱਲੋਂ ਉਚੇਚੇ ਤੌਰ 'ਤੇ ਜੇਲ੍ਹ ਦਾ ਦੌਰਾ ਕਰਨਾ, ਖਾਸ ਤੌਰ 'ਤੇ ਬਿਕਰਮ ਦੀ ਬੈਰਕ ਦਾ ਦੌਰਾ ਕਰਨਾ ਇੱਕ ਸਰਕਾਰ ਦਾ ਹੋਸ਼ਾਪਣ ਵੀ ਆ, ਛੋਟਾਪਣ ਵੀ ਆ। ਜੇ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਸੀ ਕਿ ਜੇਲ੍ਹ ਅਧਿਕਾਰੀ ਉਹਨੂੰ
ਵੱਧ ਸਹੂਲਤਾਂ ਦੇ ਰਹੇ ਸੀ, ਸਪੈਸ਼ਲ ਸਹੂਲਤਾਂ ਦੇ ਰਹੇ ਸੀ, ਤਾਂ ADGP ਜੇਲ੍ਹ ਵੀ ਜਾ ਸਕਦਾ ਸੀ, ਡਿਪਟੀ ਕਮਿਸ਼ਨਰ ਵੀ ਜਾ ਸਕਦੇ ਸੀ, ਮੰਤਰੀ ਸਾਹਿਬ ਵੱਲੋਂ ਜਾ ਕੇ ਹੀ, ਮਤਲਬ ਜਿਸ ਤਰ੍ਹਾਂ ਦਾ ਹੁਕਮ ਸੁਣਾਇਆ ਗਿਆ ਉਹ ਸਿੱਧੇ ਤੌਰ 'ਤੇ ਜਾਣੀ ਇਹ ਜੇ ਮਤਲਬ ਇੱਕ ਰਾਜ ਸੀ ਬਦਲਾਖੋਰੀ ਦਾ ਸੀ। ਇਸੇ ਤਰ੍ਹਾਂ PTC ਚੈਨਲ ਦੇ ਵਿੱਚ ਜਿਵੇਂ ਹੁਣ ਸਾਡੇ ਜਿਹੜੀਆਂ ਮੀਡੀਆ ਹੈ, ਮੀਡੀਆ ਨੂੰ ਵੀ ਦਬਾਇਆ ਜਾ ਰਿਹਾ, ਪ੍ਰੈਸ ਦੀ ਆਜ਼ਾਦੀ 'ਤੇ ਵੀ ਹਮਲਾ ਹੋ ਰਿਹਾ। ਆ PTC ਦੇ ਜਿਹੜੇ MD ਨੇ, ਇਹਨਾਂ 'ਤੇ ਮਤਲਬ ਜਿਹੜੀ ਸੱਚਾਈ ਉਹ ਵਾਰ ਵਾਰ ਦਿਖਾ ਰਹੇ ਨੇ, ਉਹਦੇ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ। ਮਤਲਬ ਬਦੋ ਬਦੀ MD ਦਾ ਜਿਹਦੇ 'ਚ ਕੋਈ ਰੋਲ ਹੈ ਨਹੀਂ, MD ਦਾ ਜਿਹਦੇ 'ਚ FIR 'ਚ ਨਾਂ ਤੱਕ ਹੀ ਹੈ ਨਹੀਂ, ਉਹਨੂੰ ਮਤਲਬ ਅਰੈਸਟ ਕਰ ਲੈਣਾ, ਇਹ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ। ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਵੀ ਆਪ ਪਾਰਟੀ ਦੇ ਆਗੂ ਕਹਿੰਦੇ ਨੇ ਵੀ ਸਾਡੇ ਵਿਰੁੱਧ ਕੋਈ ਨਹੀਂ ਬੋਲ ਸਕਦਾ, ਨਾ ਕੋਈ ਅਖਬਾਰ ਲਿਖ ਸਕਦਾ, ਨਾ ਕੋਈ ਚੈਨਲ ਚਲਾ ਗੱਲ ਕਰੀ ਜਾ ਸਕਦੀ ਹੈ। ਇਕੱਲੇ ਅਕਾਲੀ ਦਲ ਲਈ ਨਹੀਂ, ਬਲਕਿ ਹੋਰ ਵੀ ਵਿਰੋਧੀ ਪਾਰਟੀਆਂ, BJP ਵਾਲੇ ਆਗੂਆਂ 'ਤੇ ਦਿੱਲੀ ਦੇ ਆ ਕੇ ਉੱਥੇ ਜਾ ਕੇਸ ਬਣਾਤਾ। ਮਤਲਬ ਇਹ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਤਾਨਾਸ਼ਾਹੀ ਦਾ, ਮਤਲਬ ਇਹ ਇੱਕ ਖਤਰਨਾਕ ਖੇਡ ਖੇਡ ਰਹੀ ਆ ਪਾਰਟੀ। ਅਸੀਂ ਦੇਖੋ ਬਦੋ ਬਦੀ ਕੋਈ ਟਕਰਾਅ ਨਹੀਂ ਚਾਹੁੰਦੇ, ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਪੰਜਾਬ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਨੇ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਇੱਕ ਬਦਲਾਅ ਲਈ, ਕਿ ਰਾਜਸੀ ਸਿਸਟਮ ਦੇ ਵਿੱਚ ਜੇ ਕਿਤੇ ਗਿਰਾਵਟ ਆਈ ਆ, ਜਾਂ ਕਿਤੇ ਪੰਜਾਬ ਨੂੰ ਜਿਹੜੀਆਂ ਜਿੰਨੀਆਂ ਵੀ ਚੁਣੌਤੀਆਂ ਨੇ, ਜੇ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਦੀ ਲੀਡਰਸ਼ਿਪ ਤੋਂ ਆਸ ਅਤੇ ਵਿਸ਼ਵਾਸ ਰੱਖ ਕੇ ਫਤਵਾ ਦਿੱਤਾ, ਤਾਂ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਨੂੰ ਮੌਕਾ ਦਿੱਤਾ ਜਾਵੇ, ਬਲਕਿ ਅਸੀਂ ਸਹਿਯੋਗ ਦੇਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਕੇਂਦਰ ਦੀ ਦਖਲਅੰਦਾਜ਼ੀ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਵੱਧ ਰਹੀ ਆ, ਜਿਸ ਤਰ੍ਹਾਂ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ, 1200 ਕਰੋੜ ਰੁਪਈਆ ਇਸ ਵਾਰੀ ਦਾ RDF ਦਾ ਰੱਖੀ ਬੈਠੇ ਹਾਂ, 1100 ਕਰੋੜ ਪਿਛਲੀ ਵਾਰੀ ਦਾ ਰੱਖੀ ਬੈਠੇ ਹਾਂ, BBMP ਦੀ ਸਥਾਈ ਮੈਂਬਰਸ਼ਿਪ ਖੋਲ੍ਹੀ, ਸਿਟਕੋ ਦਾ MD UT ਕੇਡਰ ਦਾ ਲਾਤਾ, CISF ਦਾ ਕੰਟਰੋਲ ਡੈਮਾਂ ਦਾ ਹਵਾਲੇ ਕਰਤਾ, ਡੈਮਾਂ ਦਾ ਕੰਟਰੋਲ ਜਿਹੜੀ CISF ਦੇ ਹਵਾਲੇ ਕਰਤਾ। ਮਤਲਬ ਇਸ ਕਿਸਮ ਦੀ ਜਿਹੜੀ ਕੇਂਦਰ ਦੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਵੱਧ ਰਹੀ ਦਖਲਅੰਦਾਜ਼ੀ ਔਰ ਪੰਜਾਬ ਦੇ ਹੱਕ ਖੋਹਣ ਲਈ ਤਿਆਰੀ ਕੀਤੀ ਜਾ ਰਹੀ ਆ, ਕਿਤੇ ਹਰਿਆਣੇ ਵੱਲੋਂ 400 ਪਿੰਡਾਂ ਦਾ ਕਲੇਮ ਕਰਤਾ ਚੰਡੀਗੜ੍ਹ ਦੇ ਬਦਲੇ, ਕਿਤੇ ਕਾਨੂੰਨ ਅਤੇ ਅਦਾਲਤਾਂ ਦੇ ਫੈਸਲਿਆਂ ਤੋਂ ਪਹਿਲਾਂ ਹੀ ਉਤਾਵਲੇ ਹੋਏ ਬੈਠੇ ਨੇ ਵੀ ਪਾਣੀ ਦੇ ਮਸਲਾ, SVL ਦਾ ਮਸਲਾ ਹੱਲ ਕਰੋ। ਪਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਕਿ ਪੰਜਾਬ ਦੀ ਸਰਕਾਰ ਕੇਂਦਰ ਦੇ ਇਸ ਧੱਕੇਸ਼ਾਹੀ ਅਤੇ ਦਖਲਅੰਦਾਜ਼ੀ ਦੇ ਵਿਰੁੱਧ ਲਾਮਬੰਦੀ ਕਰੇ, ਇੱਕ ਜੁੜਤਾ ਇੱਕ ਸੁਰਤਾ ਕਰੇ, ਅਕਾਲੀ ਦਲ ਸਹਿਯੋਗ ਦੇਣ ਨੂੰ ਤਿਆਰ ਆ। ਹੁਣ ਪੰਜਾਬ ਦੇ ਮੰਤਰੀ ਜਿਹੜੇ ਜੇਲ੍ਹਾਂ 'ਚ ਤਾਂ ਜਾ ਸਕਦੇ ਆ ਰਾਜਸੀ ਵਿਰੋਧੀਆਂ ਨੂੰ ਡਾਉਣ ਲਈ ਜਾਂ ਆਪਣੀ ਧੌਂਸ ਦਿਖਾਉਣ ਲਈ, ਪਰ ਕਣਕ ਦਾ ਝਾੜ ਪੰਜ ਮਤਲਬ 4 ਕੁਇੰਟਲ ਤੋਂ ਲੈ ਕੇ 8 ਕੁਇੰਟਲ ਤੱਕ ਘੱਟ ਗਿਆ ਪ੍ਰਤੀ ਕੁਇੰਟਲ ਪ੍ਰਤੀ ਏਕੜ।
ਮਤਲਬ ਇਹਨੂੰ ਕੁਦਰਤੀ ਆਫਤ ਡਿਕਲੇਅਰ ਕਰਵਾਉਣ ਲਈ ਤਾਂ ਘੱਟੋ ਘੱਟ 500 ਰੁਪਈਆ ਪ੍ਰਤੀ ਕੁਇੰਟਲ ਬੋਨਸ ਕੇਂਦਰ ਤੋਂ ਦਵਾਉਣ ਲਈ ਕੇਂਦਰੀ ਮੰਤਰੀ ਦਿੱਲੀ ਜਾ ਕੇ ਡੇਰੇ ਲਾਉਂਦੇ, ਜਿੱਥੇ ਪੰਜਾਬ ਦੇ ਲੋਕਾਂ ਦੀ ਅੱਜ ਸਭ ਤੋਂ ਜ਼ਿਆਦਾ ਪੀੜਾ ਹੈ, ਜਾਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਇਨਸਾਫ ਦਵਾਇਆ ਜਾ ਸਕਦਾ, ਹੱਕ ਲਏ ਜਾ ਸਕਦੇ ਆ, ਉੱਥੇ ਕਾਰਵਾਈ ਕਰਨ ਦੀ ਥਾਂ ਇੱਥੇ ਉਲਝਣਾਂ ਵਿੱਚ ਨਾ ਉਲਝੇ ਪੰਜਾਬ ਸਰਕਾਰ, ਅਸੀਂ ਉਹਨੂੰ ਕਹਿਣਾ ਚਾਹੁੰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਗੈਰ ਕਾਨੂੰਨੀ ਗੱਲ ਕਰੇ ਉਹਦੇ ਕੋਈ ਐਕਸ਼ਨ ਨਾ ਲਓ। ਕਾਨੂੰਨ ਅਦਾਲਤਾਂ ਨੇ, ਹੋਰ ਸਾਰਾ ਸਿਸਟਮ ਆ, ਸਰਕਾਰ ਨੇ ਜਿਹੜੇ ਕੰਮ ਕਰਨੇ ਹੁੰਦੇ ਨੇ ਸਰਕਾਰ ਉਹਨਾਂ ਕੰਮਾਂ ਵੱਲ ਧਿਆਨ ਦੇਵੇ, ਅਤੇ ਪੰਜਾਬ ਦਾ ਮਾਹੌਲ ਆਪਸੀ ਉਲਝਣਾਂ ਵਿੱਚ ਨਾ ਫਸਾਵੇ। ਪਿੱਛੇ ਜੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਮਿਹਣੋ ਮਿਹਣੀ ਹੋ ਕੇ, ਤਾਨੇ ਮਿਹਣੇ ਮਾਰ ਕੇ ਇੱਕ ਦੂਜੇ 'ਤੇ ਜੋ ਜਲੂਸ ਕੱਢਿਆ ਪੰਜਾਬ ਦਾ, ਉਹਨੇ ਕੇਂਦਰ ਨੂੰ ਹੌਸਲਾ ਦਿੱਤਾ ਪੰਜਾਬ ਦੇ ਵਿਰੁੱਧ ਦਖਲਅੰਦਾਜ਼ੀ ਕਰਨ ਦਾ, ਔਰ ਪੰਜਾਬ ਦੇ ਲੋਕ ਅੱਜ ਚਿੰਤਤ ਨੇ। ਪਿਛਲੇ 23-24 ਦਿਨਾਂ ਵਿੱਚ 23-24 ਕਤਲੋ ਗਾਰਤ ਦੇ ਮਾਮਲੇ ਆਉਣੇ, ਖਾਸ ਤੌਰ 'ਤੇ ਖੇਡਾਂ ਦੇ ਖੇਤਰ ਦੇ ਵਿੱਚ, ਕਬੱਡੀ ਖੇਡ ਦੇ ਵਿੱਚ ਤਾਂ ਕਿੰਨੇ ਘਟਨਾਵਾਂ ਵਾਪਰ ਗਈਆਂ, ਅੱਧੀ ਦਰਜਨ ਦੇ ਕਰੀਬ। ਆ ਸਾਡੇ ਇੱਕੋ ਦਿਨ ਪਟਿਆਲੇ 'ਚ 2 ਕਤਲ ਹੋਏ, ਅਜੇ ਮੁੱਖ ਅਕਿਊਜ਼ ਜਿਹੜੇ ਨੇ ਉਹ ਕਿਸੇ ਵੀ ਘਟਨਾ ਦਾ ਮੁੱਖ ਅਕਿਊਜ਼ ਨਹੀਂ ਫੜੇ ਗਏ, ਪੋਚਾ ਪੋਚੀ ਕਰੀ ਜਾ ਰਹੀ ਆ, ਕੋਈ ਜਵਾਬਦੇਹੀ ਨਹੀਂ ਹੈ ਮੁੱਖ ਮੰਤਰੀ ਸਾਹਿਬ ਵੱਲੋਂ। ਮੁੱਖ ਮੰਤਰੀ ਸਾਹਿਬ ਅੰਗਰੇਜ਼ਾਂ ਨੂੰ ਤਾਂ ਨੌਕਰੀਆਂ ਦੇਣ 'ਤੇ ਪੜ੍ਹਾ ਸਕੂਲਾਂ ਵਿੱਚ ਆਉਂਦੇ ਇਨਵੀਟੇਸ਼ਨ ਦੇ ਰਹੇ ਨੇ, ਆਪਣੇ ਬੱਚਿਆਂ ਦੀ ਬੇਰੁਜ਼ਗਾਰੀ ਬਾਰੇ, ਆਪਣੇ ਬੱਚਿਆਂ ਦੇ ਪੜ੍ਹਾਈ ਬਾਰੇ ਕੁਛ ਨਹੀਂ ਸੋਚ ਰਹੇ। ਸੋ ਮੈਂ ਸਮਝਦਾ ਇਹ ਚੁਟਲਿਆਂ ਨਾਲ ਢਿੱਡ ਨਹੀਂ ਲੋਕਾਂ ਦੇ ਭਰਨੇ। ਅਸੀਂ ਸੰਜੀਦਗੀ ਨਾਲ, ਗੰਭੀਰਤਾ ਨਾਲ ਪੰਜਾਬ ਦੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ, ਪਰ ਇਹ ਕਿਸੇ ਵੀ ਕੀਮਤ 'ਤੇ ਅਕਾਲੀ ਦਲ ਚੁੱਪ ਨਹੀਂ ਬੈਠ ਸਕਦਾ ਜੇ ਉਹਦੇ ਮਾਨਵੀ ਹੱਕਾਂ 'ਤੇ ਹਮਲਾ ਹੋਏਗਾ। ਇਹ ਇਤਿਹਾਸ ਗਵਾਹ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ਦੇ ਲੋਕਾਂ ਦੇ ਮਾਨਵੀ ਹੱਕਾਂ ਲਈ ਲੜਿਆ, ਜੇਲ੍ਹਾਂ ਕੱਟੀਆਂ, ਕੁਰਬਾਨੀਆਂ ਦਿੱਤੀਆਂ। ਜੇ ਅਸੀਂ ਦੇਸ਼ ਭਰ ਦੇ ਲੋਕਾਂ ਦੇ ਮਾਨਵੀ ਹੱਕਾਂ ਲਈ ਲੜ ਸਕਦੇ ਹਾਂ ਤਾਂ ਅਸੀਂ ਆਪਣੇ ਹੱਕਾਂ ਲਈ ਕਿਉਂ ਨਹੀਂ ਲੜਾਂਗੇ? ਇਹ ਸੱਚ ਨੂੰ ਪਹਿਚਾਣਨ ਦੀ ਲੋੜ ਆ, ਪਰ ਅਸੀਂ ਇੱਕ ਜ਼ਿੰਮੇਵਾਰ ਪਾਰਟੀ ਹੋਣ ਦੇ ਨਾਤੇ, ਅਸੀਂ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਕਦਰ ਕਰਨ ਦੇ ਨਾਤੇ, ਅਸੀਂ ਬਹੁਤ ਹੀ ਸੰਜੀਦਗੀ ਨਾਲ ਇਹ ਜਿਹੜਾ ਸਰਕਾਰ ਦਾ ਰਾਜਸੀ ਬਦਲਾਖੋਰੀ ਦਾ ਵਰਤਾਓ ਆ ਇਹਨੂੰ ਜਰ ਰਹੇ ਹਾਂ। ਪਰ ਬਹੁਤੀ ਦੇਰ ਵੀ ਨਹੀਂ ਜਰਿਆ ਜਾ ਸਕਦਾ ਜੇ ਹੱਦਾਂ ਤੋਂ ਪਾਰ ਹੋਵੇ, ਕਿਸੇ ਹੱਦ ਤੱਕ ਬਰਦਾਸ਼ਤ ਹੋ ਸਕਦਾ, ਹੱਦ ਤੋਂ ਪਾਰ ਜੇ ਗੱਲ ਜਾਵੇ ਉਹ ਬਰਦਾਸ਼ਤ ਨਹੀਂ ਹੋ ਸਕਦੀ। ਸੋ ਅਸੀਂ ਅੱਜ ਸਾਡਾ ਇਹ ਕਹਿਣਾ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਸਰਕਾਰ ਇਹ ਰਾਜਸੀ ਬਦਲਾਖੋਰੀ ਦੀ ਨੀਤੀ ਦਾ ਤਿਆਗ ਕਰੇ, ਪੰਜਾਬ ਵਿੱਚ ਜਿਹੜੀ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਆ ਉਹ 'ਤੇ ਗੰਭੀਰਤਾ ਨਾਲ ਧਿਆਨ ਦੇਵੇ, ਔਰ ਪੰਜਾਬ ਦੇ ਲੋਕਾਂ ਦੇ ਜਿਹੜੇ ਹੱਕ ਨੇ ਕੇਂਦਰ ਖੋ ਰਿਹਾ ਉਹਨਾਂ ਵੱਲ ਪੰਜਾਬੀਆਂ ਨੂੰ ਇੱਕ ਜੁੜਤਾ, ਇੱਕ ਮੁੜਤਾ, ਇੱਕ ਸੁਰਤਾ ਵਿੱਚ ਇੱਕ ਜਥੇਬੰਦਕ ਤੌਰ 'ਤੇ ਲਿਆਉਣ ਦਾ ਯਤਨ ਕਰੇ। ਥੈਂਕ ਯੂ। ਚੀਮਾ ਸਾਹਿਬ ਕਰਨ ਦੇਖੋ, ਚੰਦੂਮਾਜਰਾ ਸਾਹਿਬ ਨੇ ਮੁੱਖ ਤੌਰ ਦੇ ਉੱਤੇ ਜਿਹੜੀ ਵੈਂਡੈਟਾ ਪੋਲੀਟਿਕਸ
ਪੰਜਾਬ ਦੇ ਵਿੱਚ ਇਸ ਬਦਲਾਅ ਤੋਂ ਬਾਅਦ ਸ਼ੁਰੂ ਹੋਈ ਹੈ ਉਹਦਾ ਵਿਸਤਾਰ ਦੇ ਵਿੱਚ ਜ਼ਿਕਰ ਕਰ ਦਿੱਤਾ। ਪਹਿਲਾਂ ਸਰਕਾਰ ਸ਼ੁਰੂ ਹੋਈ ਸੀ ਪੋਲੀਟੀਕਲ ਲੀਡਰਸ ਤੋਂ, ਜਿਹਦੇ ਪਹਿਲੇ ਵਿਕਟਨ ਬਣੇ ਸਰਦਾਰ ਬਿਕਰਮ ਸਿੰਘ ਮਜੀਠੀਆ। ਉਸ ਤੋਂ ਬਾਅਦ ਮੀਡੀਆ ਵੀ ਜਿਹੜਾ ਉਹ ਵੀ ਲਪੇਟ ਦੇ ਵਿੱਚ ਆ ਗਿਆ। ਉਹਦੇ ਵਿੱਚ ਜਿਹੜੇ PTC ਦੇ ਹੈਡ ਰਵਿੰਦਰ ਨਰਾਇਣਨ, ਉਹਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਇੰਪਲੀਕੇਟ ਕਰਕੇ ਝੂਠੇ ਕੇਸ ਦੇ ਵਿੱਚ ਅਤੇ ਉਹਨਾਂ ਨੂੰ ਅਰੈਸਟ ਕਰ ਦਿਆ ਗਿਆ। ਮੈਂ ਹੈਰਾਨ ਹੁੰਦਾ ਕਿ ਮੋਹਾਲੀ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਦਾ ਥਾਣਾ ਖੁੱਲ੍ਹ ਗਿਆ। ਉਹਦੀ ਜਿਊਰਿਸਡਿਕਸ਼ਨ ਜਿਹੜੀ ਹੈ ਉਹ ਸਾਰੇ ਦੇਸ਼ ਦੀ ਤੈਅ ਹੋ ਗਈ ਹੈ ਕਿ ਜੇ ਕੋਈ ਬੰਬੇ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਤਾਂ ਉਹ ਵੀ ਮੋਹਾਲੀ ਤੋਂ ਸੁਵਿਧਾ ਮਿਲਦੀ ਹੈ ਕਿ ਉੱਥੇ FIR ਦਰਜ ਹੋ ਜਾਂਦੀ ਹੈ। ਜੇ ਕੋਈ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੇ ਜਾਂ ਟਵੀਟ ਕਰੇ ਤੇ ਉਹਦੀ ਵੀ FIR ਜਿਹੜੀ ਹੈ ਉਹ ਇੱਥੇ ਦਰਜ ਹੋ ਜਾਂਦੀ ਹੈ। ਜੇ ਕਿਸੇ ਦੂਜੀ ਪਾਰਟੀ ਦਾ ਸੋਸ਼ਲ ਮੀਡੀਆ ਦੇ ਵਿੱਚ ਭਾਵੇਂ ਕਿਸੇ ਵੀ ਸਟੇਟ ਦੇ ਵਿੱਚ ਬੈਠਾ ਉਹ ਕੋਈ ਕੇਜਰੀਵਾਲ ਦੇ ਜਾਂ ਭਗਵੰਤ ਮਾਨ ਦੇ ਖਿਲਾਫ ਕਵੇ ਤੇ ਉਹਦੀ ਵੀ ਨਾਲ ਦੀ ਨਾਲ ਹੀ FIR ਜਿਹੜੀ ਹੈ ਉਹ ਜਿਹੜਾ ਆਲ ਇੰਡੀਆ ਲੈਵਲ ਦਾ ਇੱਕ ਇੱਥੇ ਪੁਲਿਸ ਸਟੇਸ਼ਨ ਖੁੱਲ੍ਹਿਆ ਉੱਥੇ ਜਿਹੜੀ ਹੈ ਉਹ ਦਰਜ ਹੋ ਜਾਂਦੀ। ਇਸ ਕਰਕੇ ਆਮ ਆਦਮੀ ਪਾਰਟੀ ਦਾ ਨਵਾਂ ਜਿਹੜਾ ਮੋਡਸ ਅਪਰੈਂਡੀ ਹੈ ਉਹ ਹੁਣ ਇਹ ਹੋ ਗਿਆ ਕਿ ਇੱਕ ਸੂਬੇ ਦੀ ਪੁਲਿਸ ਸਾਡੇ ਕੋਲ ਆ ਗਈ ਅਤੇ ਇਹਦੇ ਨਾਲ ਹੁਣ ਸਾਰੇ ਦੇਸ਼ ਦੀਆਂ ਸਟੇਟਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਹੁਣ ਇੱਕ ਡਰਾਉਣ ਦਾ ਕੰਮ ਸ਼ੁਰੂ ਹੋ ਗਿਆ। ਉਹਦੇ ਵਿੱਚ ਮੀਡੀਆ ਵੀ ਆ ਗਿਆ, ਉਹਦੇ ਵਿੱਚ ਦੂਜੀਆਂ ਪਾਰਟੀਆਂ ਦੇ ਚਾਹੇ ਕੋਈ IT ਸੈੱਲ ਦੇ ਬੰਦੇ ਆ ਚਾਹੇ ਸੋਸ਼ਲ ਮੀਡੀਆ ਦੇ ਨਾਲ ਸੰਬੰਧਿਤ ਕੰਮ ਕਰਨ ਵਾਲੇ ਲੋਕ ਹੈ ਚਾਹੇ ਉਹਨਾਂ ਦੇ ਰਾਜਸੀ ਵਿਰੋਧੀ ਆ, ਇਹਨਾਂ ਸਾਰਿਆਂ ਵਾਸਤੇ ਜਿਹੜਾ ਇਹ ਇੱਕ ਥਾਂ ਬਣ ਗਈ ਕਿ ਇੱਥੇ ਆ ਜਾਓ ਅਤੇ ਕੋਈ ਐਪਲੀਕੇਸ਼ਨ ਜਿਹੜਾ ਮਰਜ਼ੀ ਫਾਈਲ ਕਰ ਦੇ। ਇਹ ਪੁਲਿਸ ਉਸੇ ਵੇਲੇ ਜਿਹੜੀ ਆ ਉਹ ਚੱਲ ਪੈਂਦੀ। ਮੈਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀ ਦੂਜੇ ਸੂਬਿਆਂ ਦੀ ਪੁਲਿਸ ਜਿਹੜੀ ਭੇਜੀ ਹੋਈ ਹੈ ਨਾ ਇਹਨਾਂ ਚੀਜ਼ਾਂ ਨੂੰ ਪੜ੍ਹਨ ਵਾਸਤੇ, ਇਹਨੂੰ ਸੂਬੇ ਦੀ ਜਿਹੜੀ ਲਾਅ ਐਂਡ ਆਰਡਰ ਹੈ ਇਹਦੇ 'ਤੇ ਲਾਓ। ਬੜੀ ਸ਼ਰਮ ਆਉਂਦੀ ਹੈ ਕਿ ਗਵਰਨਰ ਸਾਹਿਬ ਅਤੇ ਬਾਰਡਰ 'ਤੇ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹੁੰਦੇ ਆ ਅਤੇ ਮੈਂ ਮੁੱਖ ਮੰਤਰੀ ਸੂਬੇ ਦਾ ਕਿੱਥੇ ਹੈ? ਕੀ ਇਹ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਰਵਾਇਤ ਸੀ ਕਿ ਗਵਰਨਰ ਸਾਹਿਬ ਹੁਣ ਕਹਿ ਰਿਹਾ ਕਿ ਮੈਂ ਮਹੀਨੇ ਦੇ ਵਿੱਚ ਇੱਕ ਦਿਨ ਬਾਰਡਰ ਸਟੇਟਸ ਦੇ ਵਿੱਚ ਜਾ ਕੇ ਅਤੇ ਆਪ ਉੱਥੇ ਸੁਰੱਖਿਆ ਦੇਖਿਆ ਕਰਾਂਗਾ? ਇਹ ਸਾਡੇ ਪੰਜਾਬ ਦੀ ਹਾਲਤ ਇੱਥੇ ਪਹੁੰਚ ਗਈ ਕਿ ਗਵਰਨਰ ਦੀ ਡਾਇਰੈਕਟ ਜਿਹੜੀ ਹੈ ਇੱਕ ਮਹੀਨਾ ਸਰਕਾਰ ਨੂੰ ਹੋਇਆ ਨਹੀਂ ਅਤੇ ਗਵਰਨਰ ਜਿਹੜੇ ਸੂਬੇ ਦੇ ਆ ਉਹਨਾਂ ਨੂੰ ਜਾ ਕੇ ਬਾਰਡਰ ਦੇ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਪੈ ਰਹੀਆਂ ਅਤੇ ਲੋਕਾਂ ਨੂੰ ਰੀਇਨਸ਼ੋਰ ਕਰਨਾ ਪੈ ਰਿਹਾ ਕਿ ਜਿਹੜਾ ਇੱਕ ਮਹੀਨੇ ਬਾਅਦ ਗਵਰਨਰ ਸਾਹਿਬ ਆਪ ਉੱਥੇ ਜਾਇਆ ਕਰਨਗੇ ਅਤੇ ਜਿੰਨੇ ਸਰਹੱਦੀ ਜ਼ਿਲ੍ਹੇ ਆ ਉੱਥੇ ਜਾ ਕੇ ਅਤੇ ਜਿਹੜੇ ਹਾਲਾਤ ਕੀ ਹੈ ਸਿਕਿਉਰਿਟੀ ਦੇ, ਮੈਂ ਸਮਝਦਾ ਕਿ ਕੀ ਭਗਵੰਤ ਮਾਨ ਜੀ ਇਸ ਗੱਲ ਨੂੰ ਸੂਬੇ ਦੇ ਲੋਕਾਂ ਨੂੰ ਜਵਾਬ ਦੇਣਗੇ ਕਿ ਇਹ ਦਿੱਲੀ ਮਾਡਲ ਸੀ? ਪੰਜਾਬ ਇੱਕ ਪੂਰੀ ਸਟੇਟ ਹੈ,
ਪੰਜਾਬ ਦੇ ਵਿੱਚ ਹੋਮ ਮਿਨਿਸਟਰ ਹੈ, ਇਹ ਦਿੱਲੀ ਬਾਰਡਰ ਹੁਣ ਇੱਥੇ ਵੀ ਲਾਗੂ ਹੋ ਗਿਆ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਜਿਹੜੀ ਸਾਡਾ ਫੈਡਰਲ ਕੋਨਸਟੀਟਿਊਸ਼ਨ ਹੈ, ਸੰਵਿਧਾਨ ਹੈ ਸਾਡਾ, ਬਕਾਇਦਾ ਲਿਖਿਆ ਹੋਇਆ। ਮੈਂ ਗਵਰਨਰ ਸਾਹਿਬ ਦੇ ਰੁਤਬੇ ਦਾ ਸਤਿਕਾਰ ਕਰਦਾ, ਪਰ ਇਹ ਹੋ ਕੀ ਰਿਹਾ ਕਿ ਕੋਈ ਮੁੱਖ ਮੰਤਰੀ ਜਾ ਕੇ ਉੱਥੇ ਐਕਸੈਪਟ ਕਰਕੇ ਆ ਜਾਂਦਾ 50 ਕਿਲੋਮੀਟਰ ਤੱਕ ਕੇਂਦਰ ਦੀ ਜਿਹੜੀ ਜੁਰਿਸਡਿਕਸ਼ਨ ਹੋ ਜਾਏਗੀ। ਦੂਸਰਾ ਮੁੱਖ ਮੰਤਰੀ ਜਿਹੜਾ ਉਹ ਪਹਿਲਾਂ ਚੰਡੀਗੜ੍ਹ 'ਚ ਇੰਨਾ ਕੁਛ ਹੋ ਗਿਆ, ਉੱਥੇ ਇੱਕ ਰੈਜੂਲੇਸ਼ਨ ਪਾ ਕੇ ਅਤੇ ਆਰਾਮ ਦੇ ਨਾਲ ਐਕਸੈਪਟ ਕਰਕੇ ਬੈਠ ਗਏ ਕਿ ਜੋ ਕੁਛ ਹੋ ਗਿਆ ਠੀਕ ਹੈ, ਇਸ ਤੋਂ ਅੱਗੇ ਜਾ ਕੇ ਕਿਤੇ ਆਲ ਪਾਰਟੀ ਮੀਟਿੰਗ ਕਰਨ ਦੀ ਲੋੜ ਨਹੀਂ, ਕਿਸੇ ਨੂੰ ਮਿਲਣ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ। ਪਰ ਜਿੱਥੇ ਆ ਕੇ ਵੰਡੈਟਾ ਪੋਲੀਟਿਕਸ ਦੀ ਗੱਲ ਹੁੰਦੀ ਹੈ, ਉੱਥੇ ਆ ਕੇ ਜਿਹੜਾ ਹੈਗਾ ਉੱਥੇ ਪੁਲਿਸ ਵਿਹਲੀ ਹੈ ਕਿ ਜਿਹੜੇ ਮਰਜ਼ੀ ਸੂਬੇ ਦੇ ਵਿੱਚ ਜਿਹੜੀ ਹੈ ਜਿੰਨੀ ਮਰਜ਼ੀ ਪੁਲਿਸ ਭੇਜੋ। ਮੈਂ ਤੁਹਾਡੀ ਜਾਣਕਾਰੀ ਵਾਸਤੇ ਸ਼ੇਅਰ ਕਰਦਾ ਕਿਉਂਕਿ ਸਾਡੇ ਗਰੇਵਾਲ ਸਾਹਿਬ ਮੇਰੇ ਸੀਨੀਅਰ ਸਾਥੀ ਨੇ, ਉਹਨਾਂ ਨੇ ਬਾਕੀ ਜਿਹੜੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ। ਅੱਜ ਜਿਸ ਵਿਅਕਤੀ ਨੂੰ ਇੰਨਾ ਬਦਨਾਮ ਕਰਨ ਵਾਸਤੇ ਇਹਨਾਂ ਨੇ ਐਡਾ ਵੱਡਾ ਸ਼ਡਯੰਤਰ ਰਚਿਆ, ਅੱਜ ਇੱਕ ਅਖਬਾਰ ਦੇ ਨਾਮੀ ਸੰਪਾਦਕ, ਮੈਂ ਨਾਮ ਹੀ ਲੈ ਦਿੰਦਾ, ਸਰਦਾਰ ਬਲਜਿੰਦਰ ਸਿੰਘ ਹਮਦਰਦ ਸਾਹਿਬ, ਉਹ ਅੱਜ ਮੁਲਾਕਾਤ ਕਰਕੇ ਆਏ ਆ ਸਰਦਾਰ ਵਿਕਰਮ ਸਿੰਘ ਮਜੀਠੀਆ, ਔਰ ਸਵਾ ਘੰਟਾ ਦੇ ਕਰੀਬ ਜੇਲ੍ਹ ਦੇ ਵਿੱਚ ਮਿਲ ਕੇ ਆਏ। ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਇੱਕ ਐਡੀਟਰ ਹੋਣ ਦੇ ਨਾਤੇ ਜਿਸ ਵਿਅਕਤੀ ਨੂੰ ਇੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਵਿਅਕਤੀ ਦੀ ਜਾਤੀ ਤੌਰ ਦੇ ਉੱਤੇ ਇੱਕ ਸਾਥੀ ਹੋਣ ਦੇ ਨਾਤੇ ਮੁਲਾਕਾਤ ਕਰਕੇ ਇੱਕ ਬਹੁਤ ਅੱਛਾ ਸੰਦੇਸ਼ ਉਹਨਾਂ ਨੇ ਦਿੱਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਜਿਟਸ ਹੁੰਦੀਆਂ, ਇਹ ਬਹੁਤ ਕੁਛ ਆਪਣੇ ਆਪ ਦੇ ਵਿੱਚ ਆਪ ਕਹਿ ਦਿੰਦੀਆਂ ਕਿ ਸਟੇਜ 'ਤੇ ਹਾਲਾਤ ਕੀ ਹੈ। ਔਰ ਮੇਰੀ ਕੁਦਰਤੀ ਉਹਨਾਂ ਨਾਲ ਥੋੜ੍ਹੀ ਦੇਰ ਪਹਿਲਾਂ ਗੱਲ ਹੋਈ ਸੀ ਅਤੇ ਉਹ ਵੀ ਮੈਂ ਪੁੱਛਿਆ ਸੀ, ਹਾਲੇ ਵਿਸਤਾਰ ਦੇ ਵਿੱਚ ਤਾਂ ਗੱਲ ਹੋਏਗੀ ਕਿ ਉੱਥੇ ਜੋ ਕੁਛ ਸਾਡੇ ਕੋਲ ਆ ਰਿਹਾ ਥਾਂ ਥਾਂ ਤੋਂ, ਅਤੇ ਉਹ ਵੀ ਇਸ ਗੱਲ 'ਤੇ ਮਿਊਜ਼ ਸੀ ਕਿ ਇਹ ਜਿਹੜੀ ਸਟੇਟ ਦੀ ਪੋਲੀਟਿਕਸ ਹੈ ਇਹ ਗਲਤ ਪਾਸੇ ਚੱਲ ਪਈ। ਮੈਂ ਉਹਨਾਂ ਦਾ ਨਾਂ ਹੀ ਲੈ ਦਿੱਤਾ, ਤੁਹਾਡੇ ਤੋਂ ਸਾਰਿਆਂ ਦੇ ਉਹ ਸੀਨੀਅਰ ਸਾਥੀ ਨੇ, ਤੁਸੀਂ ਆਪ ਵੀ ਪੁੱਛ ਸਕਦੇ ਹੋ, ਬੈਟਰ ਹੈ ਕਿ ਤੁਸੀਂ ਆਪ ਪੁੱਛ ਲਓ ਕਿ ਅੱਜ ਉਹ ਜਾ ਕੇ ਆਏ ਆ ਕਿ ਕਿਸ ਪਾਸੇ ਜਿਹੜਾ ਸਾਡੇ ਜਿਹੜੇ ਹਾਲਾਤ ਹੈ ਉਹ ਸੂਬੇ ਦੇ ਜਿਹੜੇ ਆ ਉਹ ਚੱਲ ਰਹੇ। ਬੜੀ ਹੈਰਾਨੀ ਹੁੰਦੀ ਆ ਕਿ ਕੇਸ ਰਜਿਸਟਰ ਕਰ ਦਿੱਤਾ ਗਿਆ ਇਹਦੇ ਰਵਿੰਦਰ ਬੈਨਰ ਦੇ ਖਿਲਾਫ, ਚੈਨਲ ਦੇ ਖਿਲਾਫ ਤੁਸੀਂ ਪ੍ਰੋਸੀਡ ਕਰ ਰਹੇ ਹੋ, ਜੋ ਡਾਕੂਮੈਂਟਰੀ ਐਵੀਡੈਂਸ ਤੁਹਾਨੂੰ ਚੈਨਲ ਦੇ ਰਿਹਾ, ਕਿੰਨੇ ਦਿਨ ਹੋ ਗਏ ਡਾਕੂਮੈਂਟਰੀ ਐਵੀਡੈਂਸ ਦਿੱਤਿਆਂ ਨੂੰ, ਸਾਰੇ ਇਕੱਲੇ ਇਕੱਲੇ ਚੈਨਲ ਦੇ ਉੱਤੇ ਵੀ ਉਹਨਾਂ ਨੇ ਇੱਕ ਇੱਕ ਜਿਹੜੀ ਆ ਉਹ ਕਲਿਪਿੰਗ ਚਲਾ ਕੇ ਦਿਖਾ ਦਿੱਤੀ ਅਤੇ ਹਾਲੇ ਤੱਕ ਪੁਲਿਸ ਉਸ ਚੀਜ਼ ਨੂੰ ਜਿਹੜਾ ਇਵੈਲਿਊਏਟ ਨਹੀਂ ਕਰਾ ਸਕੀ ਜਿਹੜੀ ਹੈ ਸੈਂਟੀਫਿਕ ਲੈਬੋਰਟਰੀ ਦੇ ਕੋਲੋਂ, ਕਿਉਂਕਿ ਕਿਤੇ ਉਹਦਾ ਫਾਇਦਾ ਜਿਹੜਾ ਉਹ ਚੈਨਲ ਦੇ ਕੋਰਟ ਦੇ ਵਿੱਚ ਨਾ ਲੈ ਸਕੇ। ਇਸ ਤਰੀਕੇ ਇਨਵੈਸਟੀਗੇਸ਼ਨ ਹੋ ਗਈ, ਉਹ ਵੀ ਮੀਡੀਆ ਹਾਊਸ ਦੀ। ਜੇ ਇੱਕ ਮੀਡੀਆ ਹਾਊਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇਸ ਤਰੀਕੇ ਜਿਹੜੀ ਹੈ ਉਹ ਹੁੰਦੀ ਹੈ, ਅਤੇ ਇੱਕ ਆਮ ਬੰਦਾ ਜਿਹੜਾ ਫਸਿਆ ਹੋਇਆ ਕਿਸੇ ਛੋਟੇ ਮੋਟੇ ਕੇਸ ਦੇ ਵਿੱਚ ਉਹਦੀ ਕੀ ਹਾਲਤ ਹੋਊਗੀ, ਇਹ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਾ ਸਕਦੇ। ਇਸ ਕਰਕੇ ਚੰਦੂ ਮੱਧਰ ਸਾਹਿਬ ਨੇ ਕਹਿ ਦਿੱਤਾ, ਮੈਂ ਵੀ ਉਹੀ ਗੱਲ ਰਿਪੀਟ ਕਰਦਾ
ਕਿ ਅਕਾਲੀ ਦਲ ਨਾ ਤਾਂ ਕਦੀ ਇਹਨਾਂ ਗੱਲਾਂ ਤੋਂ ਡਰਿਆ ਨਾ ਡਰੇਗਾ, ਨਾ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲੋਂ ਆਹ ਚਾਹੀਦਾ ਆਹ ਚਾਹੀਦਾ। ਇਸ ਤੋਂ ਵੱਡੇ ਵੱਡੀਆਂ ਤਕਲੀਫਾਂ ਹਮੇਸ਼ਾ ਅਕਾਲੀ ਦਲ ਦੇ ਚੱਲੀਆਂ, ਲੇਕਿਨ ਇਨਸਾਨੀਅਤ ਦੇ ਨਾਤੇ ਹਿਊਮਨ ਰਾਈਟਸ ਦੇ ਜੋ ਹੱਕ ਕਿਸੇ ਵੀ ਵਿਅਕਤੀ ਦੇ ਬਣਦੇ ਹੁੰਦੇ ਆ ਉਹਨੂੰ ਤੋੜਨਾ ਜਿਹੜਾ ਇਹ ਵੀ ਬਹੁਤ ਵੱਡਾ ਇੱਕ ਜੁਰਮ ਹੁੰਦਾ। ਇਸ ਕਰਕੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਇਸ ਗੱਲ ਤੋਂ ਸੁਚੇਤ ਕਰਨਾ ਹੋਣਾ ਚਾਹੀਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਾ ਅਕਾਲੀ ਦਲ ਨੂੰ ਦਬਾ ਸਕਦੀਆਂ ਨਾ ਅਕਾਲੀ ਦਲ ਨੂੰ ਜਿਹੜੀਆਂ ਉਹ ਚੁਕਾ ਸਕਦੀਆਂ। ਬਾਕੀ ਗਰੇਵਾਲ ਸਾਹਿਬ ਬਾਕੀ ਗੱਲ ਤੁਹਾਡਾ ਸਾਂਝੀ ਕਰ। ਚਲੋ ਬਸ ਮੈਂ ਇੱਥੋਂ ਹੀ ਤਾਂ ਬੋਲ ਦੂੰਗਾ। ਦੇਖੋ ਜੋ ਪ੍ਰੈਸ ਸਾਹਿਬ ਨੇ ਅਤੇ ਡਾਕਟਰ ਚੀਮਾ ਨੇ ਕਿਹਾ ਮੈਂ ਉਹ ਕਿਸੇ ਚੀਜ਼ ਨੂੰ ਰਿਪੀਟ ਨਹੀਂ ਕਰਨਾ। ਮੈਂ ਸਿਰਫ ਦੋ ਤਿੰਨ ਗੱਲਾਂ ਮੋਟੀਆਂ ਇਹ ਕਰਨੀਆਂ ਨੇ ਕਿ ਸਰਕਾਰ ਇੱਕ ਮਹੀਨੇ ਦੇ ਵਿੱਚ ਪਰਫੋਰਮ ਕਰ ਨਹੀਂ ਸਕੀ, ਕ੍ਰਾਈਮ ਲਿਮਿਟਸ ਕ੍ਰੋਸ ਕਰ ਗਿਆ, ਡੇਲੀ ਐਵਰੇਜ ਮਰਡਰ ਚੱਲ ਰਹੇ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ, ਐਂਡ ਇੰਨੀ ਦਲੇਰੀ ਨਾਲ ਚੱਲ ਰਹੇ ਆ ਕਿ ਸਿਸਟਮ ਦਾ ਕਿਸੇ ਨੂੰ ਡਰ ਕੋਈ ਕਿਸੇ ਨੂੰ ਕੋਈ ਡਰ ਨਹੀਂ। ਸਾਡੇ ਲੁਧਿਆਣੇ ਹੀ ਪਰਸੋਂ ਸ਼ਾਮ ਨੂੰ 7 ਵਜੇ ਜਦ ਚੌੜੇ ਬਾਜ਼ਾਰ ਪੈਰ ਧਰਨ ਥਾਲੀ ਦੀ 40 ਲੱਖ ਰੁਪਇਆ ਨੋਕ ਤੇ ਹਥਿਆਰ ਦੀ ਤੇ ਉਹ ਵਪਾਰੀ ਤੋਂ ਖੋਹ ਕੇ ਲਗਾਏ ਨੇ, ਤੇ ਪੁਲਿਸ ਕਿਹੜੇ ਕੰਮ ਲਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਤੇ ਰਮਿੰਦਰ ਨਾਰਾਇਣ ਨੂੰ ਤੇ ਪੀ ਟੀ ਸੀ ਨੂੰ ਦਬਾਉਣ ਲਈ। ਦੇਖੋ ਗੱਲ ਬੜੀ ਸਪਸ਼ਟ ਹੈ ਜਿਵੇਂ ਪ੍ਰੈਸ ਸਾਹਿਬ ਨੇ ਕਿਹਾ ਨਾ, ਤੇ ਇਹ ਤਾਂ ਸਾਡੇ ਨਾਲ ਹੁੰਦਾ ਆਇਆ, ਮੈਨੂੰ ਸਾਡੀ ਦਾਤਰੀ ਤੇ ਅਸੀਂ ਮੈਨੂੰ ਤੇ ਸੋਏ ਜਿਉਂ ਜਿਉਂ ਸਾਨੂੰ ਵੱਢਦੇ ਸੀ ਦੂਰ ਸਮਾਣੇ ਹੋਏ। ਜੇ ਉਹ ਸਮਝਦੇ ਆ ਕਿ ਮਜੀਠੀਆ ਸਾਹਿਬ ਨੂੰ ਤੇ ਨਾਰਾਇਣਨ ਨੂੰ ਦੇ ਕੇ ਉਹ ਅਕਾਲੀ ਦਲ ਦਾ ਆਵਾਜ਼ ਬੰਦ ਕਰ ਦੇਣਗੇ, ਅਕਾਲੀ ਦਲ ਦੀ ਮੂੰਹ ਬੰਦ ਕਰ ਦੇਣਗੇ, ਅਸੀਂ ਬਤੌਰ ਨੀਤੀ ਹੋਈ ਚਾਹੁੰਦੇ ਸੀ ਜਿਵੇਂ ਪ੍ਰੈਸ ਸਾਹਿਬ ਨੇ ਕਿਹਾ ਬੜਾ ਵੱਡਾ ਫਤਵਾ ਕਿ ਇਹ ਦੇ ਸ਼ੁੱਡ ਪਰਫੋਰਮ ਅਤੇ ਲੋਕ ਦੇਖਣ ਕਿ ਇਹਨਾਂ ਨੇ ਜਿਹੜੀ ਕਮਿਟਮੈਂਟ ਕੀਤੀ ਆ ਕੀ ਕੀਤੀ ਹੈ, ਪਰ ਇਹ ਚੂੰਡੀਆਂ ਵੱਢਣ ਲੱਗ ਪਏ। ਪਹਿਲੀ ਵਾਰ ਆ ਮੈਂ ਜ਼ਿੰਦਗੀ 'ਚ ਦੇਖਿਆ ਹੋਣਾ ਹੈ ਕਿ ਮੰਤਰੀ ਜਾ ਰਿਹਾ ਅਤੇ ਮੰਤਰੀ ਜਾ ਕੇ ਮਜੀਠੀਆ ਸਾਹਿਬ ਦੀ ਬੈਰਕ ਦੀ ਐਗਜ਼ਾਮੀਨੇਸ਼ਨ ਕਰ ਰਿਹਾ। ਯਾਰ ਅਫਸੋਸ, ਸ਼ਰਮ ਆਉਂਦੀ ਆ ਆਪਣੇ ਆਪ ਨੂੰ ਮੰਤਰੀ ਕਹਾਉਂਦਿਆਂ ਵੀ। ਤੂੰ ਜੇ ਜਾਣਾ ਹੈਗਾ ਤੂੰ ਕਹਿ ਉਹਨਾਂ ਨੂੰ ਸੁਪਰਡੈਂਟ ਨੂੰ ਕਿ ਮਜੀਠੀਆ ਸਾਹਿਬ ਨੂੰ ਕਿਤੇ ਹੋਰ ਉਠਾ, ਮੈਂ ਦੇਖ ਕੇ ਲਾਉਣਾ ਚਾਹੁੰਦਾ। ਮਜੀਠੀਆ ਸਾਹਿਬ 'ਤੇ ਜਾ ਕੇ ਬੈਰਕ ਦੇਖਦਾ ਕਿ ਸਹੂਲਤਾਂ ਕਿੰਨੀਆਂ ਨੇ। ਐਂਡ ਸੈਕਿੰਡ ਥਿੰਗ ਇਜ਼ ਵੈਰੀ ਕਲੀਅਰ, ਲੀਗਲੀ ਪਤਾ ਕੀ ਹੁੰਦਾ, ਤੁਸੀਂ ਆਹ ਹੁਣ ਦੇਖ ਲਿਆ, ਕਹਿੰਦੇ ਆ ਨਾ ਹਾਰਡਡ ਕ੍ਰਿਮੀਨਲ ਵਾਲੇ 'ਚ ਰੱਖਿਆ ਹੋਇਆ, ਹਾਈਕੋਰਟ ਦੀ ਜੱਜਮੈਂਟ ਪੜ੍ਹ ਲਈ ਨਾ ਰਾਮ ਰਹੀਮ ਵਾਲੇ, ਤੁਸੀਂ ਕੀ ਉਹਨਾਂ ਨੇ ਕਿਹਾ, ਉਹ ਕਹਿੰਦੇ ਉਹਨੂੰ ਕਨਵਿਕਸ਼ਨ ਹੋਈ ਹੋਈ ਹੈ, ਕਹਿੰਦੇ 2 ਕੇਸਾਂ ਦੀ ਕਨਵਿਕਸ਼ਨ ਨਾਲ ਹਾਰਡਨ ਕ੍ਰਿਮੀਨਲ ਨਹੀਂ ਤੁਸੀਂ ਉਹਨੂੰ ਟਰਮਨ ਕਰ ਸਕਦੇ, ਅਤੇ ਇਹਨਾਂ ਨੇ ਟ੍ਰਾਇਲ ਵਾਲੇ ਨੂੰ ਹਾਰਡਕੋਰ ਕ੍ਰਿਮੀਨਲ ਡਿਕਲੇਅਰ ਕਰਤਾ। ਦੂਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਹੈਗਾ ਕਿ ਇਹ ਵਿਕਰਮ ਨੂੰ ਨਹੀਂ ਤੰਗ ਕਰਦੇ, ਨਾ ਵਿਕਰਮ ਚਾਹੁੰਦਾ ਸੀ ਨਾ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ, ਪਰ ਜਦ ਇਹ ਪੈਰ ਵੱਧ ਕੇ ਅੱਗੇ ਜੇ ਅਸੀਂ ਐਮਰਜੈਂਸੀ ਲੱਗੀ ਤਾਂ ਜਦ ਸਾਰਾ ਮੁਲਕ ਸਰੈਂਡਰ ਕਰ ਗਿਆ ਕਾਂਗਰਸ ਅੱਗੇ, ਅਕਾਲੀ ਦਲ ਮੋਰਚਾ ਲਾ ਸਕਦਾ, ਜਦ ਇਹ ਪ੍ਰੈਸ ਨੂੰ ਪਏ ਫਿਰ ਉਸ ਤੋਂ ਬਾਅਦ ਸਾਨੂੰ ਬੋਲਣਾ ਪੈ ਗਿਆ, ਇਹ ਤਾਂ ਹਟਦੇ ਹੀ ਨਹੀਂ ਕਿਤੇ, ਕਿਉਂ ਮਜੀਠੀਆ ਸਾਹਿਬ ਨੂੰ ਤਾਂ ਤੰਗ ਕਰਨ ਨੂੰ 10 ਦਿਨ ਦੇ 15 ਦਿਨ ਦੇ ਲੱਗੇ ਹੋਏ ਆ। ਵੀ ਕੈਪਟ ਔਨ ਵੇਟਿੰਗ, ਅਸੀਂ ਚਾਹੁੰਦੇ ਸੀਗੇ ਕਿ ਬੈਟਰ ਸੈਂਸ ਪ੍ਰਵੇਲ ਕਰੇ ਇਹਨਾਂ ਦੇ, ਇਹ ਵੰਡੇਟਾ ਪੋਲੀਟਿਕਸ ਤੋਂ ਉੱਪਰ ਉੱਠਣ, ਕਿਉਂਕਿ ਜੋ ਕੁਛ ਰਾਜਿਆ ਸਭਾ ਵੇਲੇ ਹੋਇਆ ਟਿਕਟਾਂ ਵੇਲੇ ਤੁਹਾਨੂੰ ਪਤਾ ਸਾਰਾ ਕੁਛ, ਜੋ ਕੁਛ ਐਲਾਨਨਾਮੇ ਹੋਏ ਉਹਨਾਂ 'ਚੋਂ ਅਚੀਵ ਕੀ ਹੋਇਆ ਉਹ ਤੁਹਾਨੂੰ ਪਤਾ ਸਭ ਕੁਛ। ਹੁਣ ਜੇ ਇਹਨਾਂ ਗੱਲਾਂ ਵੱਲ ਤੁਸੀਂ ਆਪਣੀ ਨਿਗਾਹ ਡਿਵਰਟ ਕਰਕੇ ਤਾਂ ਤੁਸੀਂ ਪੀ ਟੀ ਸੀ ਨੂੰ ਅਤੇ ਵਿਕਰਮ ਮਜੀਠੀਆ ਨੂੰ ਬੁਲਾ ਕੇ ਪੰਜਾਬ ਦੇ ਲੋਕਾਂ ਤੋਂ ਗੱਲ ਕਰਾ ਦੋਗੇ? ਨਹੀਂ, ਇਹ ਡੀਪ ਰੂਟਿਡ ਕੌਨਸਪਰੇਸੀ ਆ,
ਐਂਟੀ ਪੰਜਾਬ ਅਤੇ ਐਂਟੀ ਪੰਥਕ ਫੋਰਸਿਸ ਦੀ ਪੀ ਟੀ ਸੀ 'ਤੇ ਹਮਲਾ, ਕਿਉਂਕਿ ਇਕੱਲਾ ਗੁਰਬਾਣੀ ਨਹੀਂ ਰਿਲੇ ਕਰਦਾ, ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਵੀ ਬਣਦਾ। ਇਹ ਉਹਨੂੰ ਦਬਾਉਣ ਦੀ ਗੱਲ ਹੋਈ ਜਾ ਰਹੀ ਹੈ ਜਿਹਨੂੰ ਪੰਜਾਬੀ ਅਤੇ ਸ਼੍ਰੋਮਣੀ ਅਕਾਲੀ ਦਲ ਕਦੇ ਟੋਲਰੇਟ ਨਹੀਂ ਕਰੂਗਾ। ਹੁਣ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ, ਮੇਰਾ ਵਕੀਲ ਦੇ ਤੌਰ 'ਤੇ ਤਕਰੀਬਨ 46 ਸਾਲ ਦਾ ਐਕਸਪੀਰੀਅੰਸ ਹੈ। ਪਹਿਲਾ ਕੇਸ ਦੇਖਿਆ ਕਿ ਜਿਹਦੇ ਵਿੱਚ ਜਿਹੜੇ ਬੰਦੇ ਐੱਫ ਆਈ ਆਰ 'ਚ ਨੇਮਡ ਨੇ, ਮਿਸਿਜ਼ ਨੈਂਸੀ ਘੁੰਮਣ, ਭੁਪਿੰਦਰ ਸਿੰਘ ਘੁੰਮਣ, ਉਹਨਾਂ ਦਾ ਹਾਲੇ ਤੱਕ ਕੁਛ ਨਹੀਂ ਕਿਹਾ, ਨਾ ਉਹਨਾਂ ਨੂੰ ਕੁਛ ਫੜਿਆ। ਅਤੇ ਜਿਹਦਾ ਸਿਰਫ ਐੱਮ ਡੀ ਲਿਖਿਆ ਅਤੇ ਜਿਹਦੇ ਅਗੇਂਸਟ ਐਲੀਗੇਸ਼ਨ ਕੁਛ ਨਹੀਂ ਗਈ, ਉਹਨੂੰ ਜਾ ਕੇ ਦਿੱਲੀਓ ਚੁੱਕ ਲਿਆ। ਫਿਰ ਕੋਂਸਪਰੇਸੀ ਤਾਂ ਆ ਗਈ ਨਾ ਜੀ, ਨਾਲ ਹੀ ਫਿਰ ਕਹਿਤਾ ਜੀ ਕਿ ਪੀ ਟੀ ਸੀ ਤਾਂ ਅੜੀ ਹੋਈ ਆ, ਮੋਰਲ ਟਰਪੀਟਿਊਡ ਦੇ ਕੇਸ ਇਹਨਾਂ ਤੋਂ ਦਰਬਾਰ ਸਾਹਿਬ ਵਾਲਾ ਖੋਲੋ। ਨਾਲ ਹੀ ਚੀਫ ਮਿਨਿਸਟਰ ਸਾਹਿਬ ਕਹਿੰਦੇ ਅਸੀਂ ਮਦਦ ਕਰਨ ਨੂੰ ਤਿਆਰ ਹੈ। ਨਿਕਲਿਆ ਹੈ ਪੋਲੀਟੀਕਲ ਵਿਡੇਟਾ ਨਾ, ਲਿੰਕ ਦੇ ਨਾਲ ਲਿੰਕ ਜੁੜ ਗਿਆ ਨਾ, ਕਿ ਤਾਰਾਂ ਕਿੱਥੇ ਜੁੜੀਆਂ ਹੋਈਆਂ ਨੇ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਦੇਖੋ, ਐਵੀਡੈਂਸ ਕ੍ਰੀਏਟ ਕੀਤਾ ਜਾ ਸਕਦਾ, ਗਵਾਹ ਖੜ੍ਹੇ ਕੀਤੇ ਜਾ ਸਕਦੇ ਆ, ਪਰ ਸਰਕਮਸਟਾਂਸਿਸ ਮੇਕ ਦੀ ਥਿੰਗਸ ਕ੍ਰਿਸਟਲ ਕਲੀਅਰ, ਕ੍ਰਿਸਟਲ ਕਲੀਅਰ। ਹੈਬੀਅਸ ਕਾਰਪਸ ਦੀ ਪਟੀਸ਼ਨ ਕਦੋਂ ਲਾਏ ਕਰਦੀ ਹੈ, ਕਦੋਂ ਉਹਦੀ ਜ਼ਰੂਰਤ ਹੁੰਦੀ ਆ? ਜਦ ਇਲੀਗਲ ਕਨਫਾਈਨਮੈਂਟਸ ਹੋਵੇ। ਮੈਂ ਵੀ ਦੇਖੀਆਂ, ਤੁਸੀਂ ਵੀ ਦੇਖੀਆਂ ਹੋਣਗੀਆਂ ਵੀਡੀਓਸ ਪੀ ਟੀ ਸੀ 'ਤੇ, ਜਦ ਉਹ ਵਾਰੰਟ ਆਫੀਸਰ ਵੀ ਆਉਂਦਾ ਤਾਂ ਦੈਟ ਯੰਗ ਲੇਡੀ ਇਜ਼ ਡਾਂਸਿੰਗ ਐਂਡ ਵਾਕਿੰਗ ਅਮੰਗ ਗਰੁੱਪ ਆਫ ਲੇਡੀਜ਼। ਇਟਸ ਨੋਟ ਏ ਇਲੀਗਲ ਕਨਫਾਈਨਮੈਂਟ, ਜਿਹਨੂੰ 341 ਕਹਿੰਦੇ ਆ, ਜਿਹਦੇ 'ਚ ਇਹਦੇ ਪਰਚਾ ਦਰਜ ਕੀਤਾ। ਅਤੇ ਉਦੋਂ ਵੱਡੀ ਗੱਲ ਆਈ ਹੈ, ਇੱਕ 328 ਆ ਕਿ ਨਸ਼ਾ ਪਿਆ ਦੇਣਾ, ਅੱਜ ਲਾਈ ਹੈ ਜਿਹੜੀ ਰਮਿੰਦਰਨਾਥ ਨੇ ਅਤੇ ਸੈਸ਼ਨ ਟ੍ਰਾਇਲ ਬਣਾਉਣ ਲਈ। ਕੀ ਉਸ ਲੜਕੀ ਦਾ ਅੱਜ ਤੱਕ ਮੈਡੀਕਲ ਹੋਇਆ? ਆਂਸਰ ਇਜ਼ ਨੋ। ਉਹ ਰਿਕਵਰ ਹੋਈ? ਕੀ ਪਿਆਇਆ ਗਿਆ? ਆਂਸਰ ਇਜ਼ ਨੋ। ਫਿਰ ਇਹ ਦਫ਼ਾ ਲਾ ਲਾ ਕੇ ਕੀ ਕਹਿ ਮੈਸੇਜ ਕੀ ਦੇਣਾ ਚਾਹੁੰਦੇ ਹੋ? ਇਹ ਗੱਲਾਂ ਦੇਖੋ। ਫਿਰ ਦੂਸਰੀ ਗੱਲ, ਆਹ ਚਿੱਠੀ ਹੈ ਜਿਹੜੀ ਪੀ ਟੀ ਸੀ ਨੇ ਪਹਿਲਾਂ ਲਿਖੀ ਡੀ ਜੀ ਪੀ ਸਾਹਿਬ ਨੂੰ, ਕਿ ਆਹ ਸਾਡੇ ਕੋਲ ਇਹਦੀਆਂ ਵੀਡੀਓ ਕਲਿਪਿੰਗਸ ਹੈ, ਕਿ ਅਸੀਂ ਕਿਸੇ ਲੜਕੀ ਨੂੰ ਇਜਾਜ਼ਤ ਨਹੀਂ ਦਿੰਦੇ ਜਿਹੜੀ ਪੰਜਾਬ ਮਿਸ ਪੰਜਾਬਣ ਦੇ ਕੰਟੈਸਟ 'ਚ ਆਉਂਦੀ ਹੈ, ਕਿ ਉਹ ਪੇਰੈਂਟਸ ਤੋਂ ਬਿਨਾਂ ਕਿਸੇ ਨੂੰ ਬਾਹਰ ਮਿਲ ਸਕੇ। ਇਹ ਬਾਹਰ ਗਈ, ਅਸੀਂ ਕਲਿਪਿੰਗ ਦਿੱਤੀਆਂ, ਤੁਹਾਡੀ ਇਹਦੇ 'ਤੇ ਕੀ ਇਨਵੈਸਟੀਗੇਸ਼ਨ ਹੈ? ਨੈਂਸੀ ਘੁੰਮਣ ਦਾ ਅਤੇ ਭੁਪਿੰਦਰ ਸਿੰਘ ਘੁੰਮਣ ਦਾ ਪੀ ਟੀ ਸੀ ਨਾਲ ਤਲਕ ਕੀ ਆ? ਇਹਦੇ ਬਾਰੇ ਤੁਹਾਡੀ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ? ਇਹ ਚਿੱਠੀ ਦਾ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ। ਅੱਛਾ, ਉਸ ਤੋਂ ਬਾਅਦ ਫਿਰ ਰਿਮਾਈਂਡਰ ਭੇਜਿਆ ਗਿਆ ਉਹਨਾਂ ਨੂੰ ਕਿ ਜਨਾਬ, ਤੁਹਾਨੂੰ ਚਿੱਠੀ ਪਾਈ ਸੀਗੀ ਕਿ ਸਾਨੂੰ ਦੱਸੋ ਤਾਂ ਸਹੀ, ਜਿਹੜਾ ਸਾਡਾ ਐਵੀਡੈਂਸ ਦਿੱਤਾ ਉਹਦੇ 'ਚੋਂ ਨਿਕਲਿਆ ਕੀ ਹੈ? ਰਮਿੰਦਰ ਨਾਰਾਇਣ ਨੇ ਇੰਟੈਰੋਗੇਸ਼ਨ ਜੁਆਇਨ ਕੀਤੀ। ਪੀ ਟੀ ਸੀ ਦੇ ਜਿੰਨੇ ਮੁਲਾਜ਼ਮ ਹੈ, ਇਸ ਸ਼ੋਅ ਦੇ ਡਾਇਰੈਕਟਰ ਦਾ ਨਾਂ ਲਿਖਿਆ, ਉਹਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ, ਜਾ ਕੇ ਚੱਕ ਲਿਆ ਰਵਿੰਦਰ ਨਾਰਾਇਣ ਨੂੰ। ਗੱਲ ਬੜੀ ਸਪਸ਼ਟ ਹੈ, ਇਹ ਤੀਰ ਕਿਤੇ ਹੋਰ ਚੱਲ ਰਹੇ ਨੇ, ਨਿਸ਼ਾਨੇ ਕਿਤੇ ਹੋਰ ਨੇ। ਇਹ ਆਵਾਜ਼ ਜਿਹੜੇ ਸਰਕਾਰ ਦੀਆਂ ਕਮਜ਼ੋਰੀਆਂ ਦੱਸਣ ਵਾਲੇ ਲੋਕ ਉਹਨਾਂ ਦੀਆਂ ਆਵਾਜ਼ਾਂ ਬੰਦ ਕਰਨੀਆਂ ਚਾਹੁੰਦੇ ਨੇ, ਇਹ ਟੈਰਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ, ਇਹ ਥਰੈਟ ਐਟੀਟਿਊਡ ਕਰਨਾ ਚਾਹੁੰਦੇ ਨੇ। ਮੈਂ ਇੱਕੋ ਗੱਲ ਪੁੱਛਦਾ ਕਿ ਕੇਜਰੀਵਾਲ ਸਾਹਿਬ, ਜਿਸ ਦਿਨ ਤੁਸੀਂ ਸਹੁੰ ਚੁੱਕੀ ਅਤੇ ਤੁਸੀਂ ਤਾਂ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਅਸੀਂ ਵਿੰਡੈਟਾ ਪੋਲਿਟਿਕਸ ਨਹੀਂ, ਵਿੰਡੈਟਾ ਹਲੇ ਦੂਪਰ ਹੈ,
ਕਿੰਨਿਆਂ ਨੂੰ ਅੰਦਰ ਦੇ ਦੋਗੇ? ਕੱਲ ਮੰਤਰੀ ਦੀ ਹਾਜ਼ਰੀ ਵਿੱਚ ਜਿਹੜਾ ਚਿੱਟਾ ਪੇਸ਼ ਹੋਇਆ ਮਾਨ ਸਾਹਿਬ ਦੇਖਿਆ ਨਾ, ਪੁਲਿਸ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਸੀ 24 ਘੰਟਿਆਂ ਦੇ ਅੰਦਰ ਅੰਦਰ ਰਵਿੰਦਰ ਨਾਰਾਇਣ ਨੂੰ ਫੜਨ ਦੀ ਥਾਂ ਨਾ ਕਿ ਆਹ ਮੁੰਡਿਆਂ ਦੀ ਨਿਸ਼ਾਨਦੇਹੀ 'ਤੇ ਅਸੀਂ ਫਲਾਨੇ ਫਲਾਨੇ ਬੰਦੇ ਫੜ ਲਏ ਜਿੱਥੋਂ ਚਿੱਟਾ ਆਇਆ, ਕੀ ਹੋਇਆ? ਕੁਛ ਨਹੀਂ ਹੋਇਆ। ਜਿਹੜੀ ਅਸਲ ਡਿਊਟੀ ਹੈ, ਜਿਹੜੀ ਅਸਲ ਡਿਊਟੀ ਆ ਉਹ ਨਿਭਾ ਨਹੀਂ ਰਹੇ। ਮੈਂ ਡਾਕਟਰ ਚੀਮਾ ਵਾਲੀ ਗੱਲ ਰਿਪੀਟ ਨਹੀਂ ਕਰਦਾ। ਜੇ ਤੁਸੀਂ ਲੀਗਲੀ ਅਤੇ ਕੋਨਸਟੀਟਿਊਸ਼ਨਲੀ ਦੇਖੋ, ਜਦ ਗਵਰਨਰ ਚੀਫ ਮਿਨਿਸਟਰ ਦੀਆਂ ਡਿਊਟੀਜ਼ ਨਿਭਾਉਣ ਲੱਗ ਪਏ ਤਾਂ ਉਦੋਂ ਲੀਗਲੀ ਕਹਿੰਦੇ ਹੁੰਦੇ ਆ ਕਿ ਕੋਨਸਟੀਟਿਊਸ਼ਨਲ ਬ੍ਰੇਕਡਾਊਨ। ਨੋ ਚੀਫ ਮਿਨਿਸਟਰ ਵਿਲ ਐਵਰ ਅਲਾਓ ਦੀ ਗਵਰਨਰ ਟੂ ਟੇਕ ਓਵਰ ਦੀ ਰਾਈਟਸ, ਡਿਊਟੀਜ਼ ਐਂਡ ਅਥਾਰਟੀ ਆਫ ਦੀ ਚੀਫ ਮਿਨਿਸਟਰ, ਇਲੈਕਟਡ ਚੀਫ ਮਿਨਿਸਟਰ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਉਂ ਹੋ ਰਿਹਾ। ਇਸ ਗੱਲ ਬੜੀ ਕਲੀਅਰ ਹੈ ਕਿ ਮਤਲਬ ਸੈਂਟਰ ਨੇ ਇਹਨਾਂ ਦੇ ਜਿਹੜਾ ਇੱਕ ਸਰਟੀਫਿਕੇਟ ਦਿੱਤਾ ਕਿ ਦੇ ਆਰ ਨੋਟ ਏਬਲ ਟੂ ਰਨ ਦਿਸ ਬਾਰਡਰ ਸਟੇਟ। ਸੋ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮੁਕਾਉਣੀ ਚਾਹੁੰਦਾ ਕਿ ਸਿਸਟਮ ਨੂੰ ਇਹ ਡਿਸਟਰੋਏ ਕਰ ਰਹੇ ਨੇ, ਸਿਸਟਮ ਨੂੰ ਡਿਸਟਰੋਏ ਕਰ ਰਹੇ ਨੇ। ਜਿੰਨਾ ਚਿਰ ਮੈਂ ਕਹਿੰਦਾ ਜਿਹਦੇ ਮਰਜ਼ੀ ਖਿਲਾਫ ਐਵੀਡੈਂਸ ਹੋਵੇ, ਜਿੰਨਾ ਚਿਰ ਉਹ ਲਿੰਕ ਨਹੀਂ ਸੀ ਜੁੜਦਾ, ਜਿੰਨਾ ਚਿਰ ਭੁਪਿੰਦਰ ਅਤੇ ਉਹ ਨੈਂਸੀ ਘੁੰਮਣ ਨਹੀਂ ਸੀ ਫੜੇ ਜਾਂਦੇ, ਉਹਨਾਂ ਚਿਰ ਇਹ ਪੀ ਟੀ ਸੀ ਵੱਲ ਮੂੰਹ ਵੀ ਨਹੀਂ ਸੀ ਕਰ ਸਕਦੇ। ਸ਼ੋ ਉਹਨਾਂ ਦਾ ਐੱਫ ਆਈ ਆਰ ਵਿੱਚ ਓਪਨਿੰਗ ਲਾਈਨਸ ਇਹਨਾਂ ਦਾ ਹੈਗਾ ਤੁਹਾਡਾ ਨੈਂਸੀ ਦਾ ਅਤੇ ਭੁਪਿੰਦਰ ਸਿੰਘ ਦਾ, ਅਤੇ ਫਿਰ ਉਦੋਂ ਬਾਅਦ ਹੋਰ ਹੈ। ਸੋ ਅੱਜ ਅਸੀਂ ਜਿਹੜਾ ਇੱਥੇ ਤੁਹਾਨੂੰ ਤਕਲੀਫ ਦਿੱਤੀ ਹੈ, ਸਾਡੇ ਦੋ ਹੀ ਗੱਲਾਂ ਨੇ ਸਪਸ਼ਟ ਕਹਿਣ ਨੂੰ। ਪਹਿਲੀਆਂ ਕਿ ਕੋਈ ਵੀ ਸਰਕਾਰ ਵਰਥ ਦੀ ਨੇਮ ਵੰਡੇਟਾ ਕਰਕੇ ਕਦੇ ਕਾਮਯਾਬ ਨਹੀਂ ਹੋਈ। ਬੜਿਆਂ ਨੇ ਕੀਤਾ ਅਤੇ ਸਾਰੀਆਂ ਸਰਕਾਰਾਂ ਵੰਡੇਟੇ ਵਾਲੀਆਂ ਫੇਲ ਹੋਈਆਂ। ਇਸ ਦਾ ਜ਼ਿਆਦਾ ਰਿਐਕਸ਼ਨ ਹੁੰਦਾ ਨਾ, ਇਹ ਹਲੇ ਟੀਕੇ ਦਾ ਲੱਗੇ ਦਾ ਐਕਸ਼ਨ ਹੈ, ਰਿਐਕਸ਼ਨ ਹੋਣਾ, ਲੋਕਾਂ ਦੇ ਮਨ 'ਚ ਜਾਣਾ, ਲੋਕਾਂ ਨੇ ਰਿਜ਼ਲਟ ਪੁੱਛਣਾ, ਉਦੋਂ ਫਿਰ ਇਹਨਾਂ ਚੀਜ਼ਾਂ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਹੈ। ਸੋ ਅੱਜ ਵੀ ਸਾਡੀ ਇਹੀ ਡਿਮਾਂਡ ਹੈ ਕਿ ਵੰਡੇਟਾ ਪੋਲੀਟਿਕਸ ਛੱਡੋ ਅਤੇ ਡਿਵੈਲਪਮੈਂਟ ਕਮਿਟਮੈਂਟਸ ਜਿਨ੍ਹਾਂ ਲਈ ਤੁਹਾਨੂੰ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ ਉਹਨਾਂ 'ਤੇ ਆਪਣੇ ਰਿਜ਼ਲਟ ਸ਼ੋਅ ਕਰੋ। ਐਂਡ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ ਅੰਗਰੇਜ਼ਾਂ ਨੂੰ ਨੌਕਰੀਆਂ ਦੇਣ ਤੋਂ ਪਹਿਲਾਂ ਆਪਣੇ ਮੁੰਡਿਆਂ ਨੂੰ ਸਾਰਿਆਂ ਨੂੰ ਦੇ ਦੇਣਾ, ਤਾਂ ਕਿ ਇਹ ਨਾ ਹੋਵੇ ਕਿ ਅੰਗਰੇਜ਼ਾਂ ਕੋਲ ਜਾ ਕੇ ਨੌਕਰੀਆਂ ਲੈ ਲੈਣ ਅਤੇ ਅੰਗਰੇਜ਼ ਇੱਥੇ ਬੁਲਾਉਣੇ ਪੈਣ, ਸਾਡੇ ਕੋਲ ਕੰਮ ਕਰਨ ਵਾਲਾ ਕੋਈ ਨਾ ਰਹੇ। ਕੱਲ੍ਹ ਵੀ ਕਿਸੇ ਮੈਂ ਚੈਨਲ 'ਤੇ ਦੇਖ ਰਿਹਾ ਸੀ ਅਤੇ ਉਹ ਕਹਿੰਦੇ ਸੀ ਅੰਗਰੇਜ਼ ਬੁਲਾ ਰਹੇ, ਤੁਸੀਂ ਪਹਿਲੀ ਵਾਰ ਵੀ ਉਹ ਬਿਜ਼ਨਸ ਕਰਨੀ ਆਈ ਸੀ ਇੱਥੇ, ਅਤੇ ਫਿਰ ਕਈ ਸਾਲ ਜੜਾਉਂਦੇ ਰਹੇ, ਅਤੇ ਨਾਲੇ ਇਹ ਜਿਹੜਾ ਹੁਣ ਇਨਕਲਾਬ ਹੈਗੇ ਅਤੇ ਉਹਨਾਂ ਨੂੰ ਬੁਲਾਉਣ ਲਈ ਹੋ ਰਿਹਾ, ਅੱਗੇ ਤਾਂ ਉਹਨਾਂ ਨੂੰ ਭਜਾਉਣ ਲਈ ਹੋ ਰਿਹਾ ਸੀਗਾ। ਇਹ ਸਾਰੀਆਂ ਚੀਜ਼ਾਂ ਨੂੰ ਬੜੀ ਸੀਰੀਅਸਨੈਸ ਲੈ ਲੈਣਾ ਚਾਹੀਦਾ। ਪੰਜਾਬ ਅੱਜ ਦੁਨੀਆ ਤੋਂ ਤੁਸੀਂ ਵੱਖਰੀ ਦੇ ਸਕਦੇ, ਅੱਜ ਜਿਹੜੇ ਕ੍ਰਾਈਸਿਸ 'ਚੋਂ ਸ਼੍ਰੀਲੰਕਾ, ਪਾਕਿਸਤਾਨ, ਯੂਕਰੇਨ, ਰਸ਼ੀਆ, ਬੰਗਲਾਦੇਸ਼ ਇਕਨੋਮਿਕ ਕ੍ਰਾਈਸਿਸ 'ਚੋਂ ਲੰਘ ਰਹੇ ਹੈ, ਇੰਡੀਆ ਉਹਦੇ 'ਚੋਂ ਆਈਸੋਲੇਸ਼ਨ 'ਚ ਨਹੀਂ ਦੇਖਿਆ ਜਾ ਸਕਦਾ। ਅੱਜ ਲੋੜ ਹੈ ਕਿ ਪੰਜਾਬ ਦੇ ਲੋਕਾਂ ਦੀ ਸਾਰ ਲਈ ਜਾਵੇ, ਜਿਵੇਂ ਪ੍ਰੈਸ ਸਾਹਿਬ ਨੇ ਕਿਹਾ, ਅਸੀਂ ਇਹ ਮੰਗ ਵੀ ਕਰਦੇ ਹਾਂ।
ਤੇ 4-4 ਕੁਇੰਟਲ ਕਣਕ ਘੱਟ ਹੋਣ ਨਾਲ 8-8 ਹਜ਼ਾਰ ਰੁਪਏ ਦਾ ਇੱਕ ਜ਼ਿਮੀਦਾਰ ਨੂੰ ਘਾਟਾ ਪੈ ਗਿਆ ਇੱਕ ਏਕੜ ਮਗਰ। 4 ਤੋਂ ਲੈ ਕੇ 8 ਕੁਇੰਟਲ ਤੱਕ ਪਰ ਏਕੜ ਯੀਲਡ ਘੱਟ ਹੋਈ ਹੈ। ਆਹ ਜਿਹੜੀ ਗਰਮੀ ਪਹਿਲਾਂ ਆ ਗਈ ਹੈ, ਜੇ ਕੰਮ ਕਰਨ ਵਾਲਾ ਤਾਂ ਚੀਫ ਮਿਨਿਸਟਰ ਸਾਹਿਬ ਕੱਲ੍ਹ ਚੱਲੇ ਆ ਅਮਿਤ ਸ਼ਾਹ ਜੀ ਕੋਲ, ਉੱਥੋਂ ਜਾ ਕੇ ਮੰਗਣ ਬੋਨਸ 5,000 ਰੁਪਇਆ ਏਕੜ ਜਾਂ 500 ਰੁਪਇਆ ਕੁਇੰਟਲ, ਜਿਹੜੇ ਜਿੰਨੇ ਦੀ ਜਿੰਨਾ ਉਹਦਾ ਏਕੜ ਜੋ ਵਿਕਦਾ। ਹਾਂ, ਜਿਹਦਾ 18+ ਏਕੜ ਆ ਜਾਂਦਾ ਉਹਨੂੰ ਨਾ ਦਿਓ, ਪਰ ਜਿਹੜੇ ਲੋਕ ਗਰੀਬ ਮਾਰੇ ਗਏ 6 ਮਹੀਨਿਆਂ ਦੀ ਕਮਾਈ ਖਾਣੀ ਸੀ ਉਹਨਾਂ ਨੂੰ ਇਹ ਬੋਨਸ ਵੀ ਜ਼ਰੂਰ ਦਿਓ। ਸੋ ਇੰਨੀਆਂ ਬੇਨਤੀਆਂ ਕਰਕੇ ਹਾਂ, ਡੇਟ ਦੱਸ ਦਿਓ। ਇਹਦੇ 'ਚ ਨਾ ਜੀ ਜਿਹੜੀ ਡੇਟਸ ਤੁਸੀਂ ਪੁੱਛੀਆਂ ਨੇ, ਇਹਦੇ 'ਚ 22 ਮਾਰਚ ਨੂੰ PTC ਨੇ ਇੱਕ ਰੀਪ੍ਰਜੈਂਟੇਸ਼ਨ ਦਿੱਤੀ ਹੈ SSP ਨੂੰ। ਲੀਗਲੀ ਮੈਂ ਸਿਰਫ ਲੀਗਲ ਪੁਆਇੰਟ 'ਤੇ ਉਤਰੂੰਗਾ। ਉਹਦੇ 'ਚ PTC ਨੇ ਸਪੈਸੀਫਿਕਲੀ SSP ਸਾਹਿਬ ਨੂੰ ਪੁੱਛਿਆ ਕਿ ਤੁਸੀਂ ਜਿਹੜੀਆਂ CCTV ਫੁਟੇਜ ਕਬਜ਼ੇ 'ਚ ਲਈਆਂ ਨੇ, ਉਹ CCTV ਫੁਟੇਜ ਦੇ ਆਧਾਰ ਨਾਲ ਤੁਸੀਂ FIR ਦੇ ਵਿੱਚ ਜਿਹੜੇ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਦੇ ਖਿਲਾਫ ਐਲੀਗੇਸ਼ਨ ਨੇ, ਕੀ ਤੁਸੀਂ ਇਹ ਸਬਸਟਾਂਸ਼ੀਏਟ ਕੀਤਾ ਕਿ ਨੈਨਸੀ ਘੁੰਮਣ ਅਤੇ ਜਿਹੜੀ ਉਹ ਹੈਗਾ ਭੁਪਿੰਦਰ ਸਿੰਘ, ਉਹਨਾਂ ਦਾ PTC ਨਾਲ ਕੋਈ ਦੂਰ ਦੂਰ ਤੱਕ ਦਾ ਵੀ ਲਾਗਾ ਤੇਗਾ ਹੈਗਾ? PTC ਨੇ ਇਹਦੇ 'ਤੇ ਕੈਸ਼ ਰਿਵਾਰਡ ਵੀ ਅਨਾਊਂਸ ਕੀਤਾ ਕਿ ਨੈਨਸੀ ਘੁੰਮਣ ਦਾ ਅਗਰ PTC ਨਾਲ ਕੋਈ ਵੀ ਤੁਸੀਂ ਸਾਬਤ ਕਰ ਦਿਓ ਕਿ ਉਹ ਵੈਂਡਰ ਸੀ, ਉਹ ਮੈਨੇਜਰ ਸੀ, ਕੁਛ ਵੀ ਸੀ, ਕਦੇ PTC ਨੇ ਕੈਸ਼ ਰਿਵਾਰਡ ਕੀਤਾ? ਔਰ ਦੂਸਰਾ ਜਿਹੜਾ ਸਰ ਨੇ ਆਲਰੇਡੀ ਦੱਸਤਾ ਕਿ ਜਿਹੜੀ ਵਾਰੰਟ ਆਫਿਸਰ ਵਾਲੀ ਵੀ ਗੱਲ ਹੋਈ ਹੈ, ਜਿਹੜੀ ਹੈਬੀਅਸ ਕੋਰਪਸ ਜਿੱਥੋਂ ਸਟਾਰਟ ਹੋਇਆ, ਹੈਬੀਅਸ ਕੋਰਪਸ ਬਹੁਤ ਕਲੀਅਰ ਸੀ। 14th ਨੂੰ ਜਦੋਂ ਹੈਬੀਅਸ ਪੈਰੀ ਹੈ, ਪੁਲਿਸ ਕੋਲ ਰਿਕਾਰਡ ਹੈ, ਵੀਡੀਓ ਰਿਕਾਰਡਿੰਗਸ ਹੈ, ਤੁਸੀਂ ਸਾਰਿਆਂ ਨੇ ਦੇਖੀਆਂ ਨੇ। 14 ਤਰੀਕ ਨੂੰ ਇਹਨਾਂ ਨੇ ਹਾਈਕੋਰਟ ਨੂੰ ਮਿਸਲੀਡ ਕੀਤਾ। ਤੁਸੀਂ ਦੇਖੋ ਵੀ ਪੋਲੀਟੀਕਲ ਵੈਂਡੈਟਾ ਵੀ ਚੱਲ ਰਿਹਾ ਸਾਰਿਆਂ ਦੇ ਖਿਲਾਫ, ਮੀਡੀਆ ਹਾਊਸ 'ਤੇ ਪਰਚਾ ਵੀ ਹੈ, ਅਤੇ ਕੋਰਟ ਨੂੰ ਵੀ ਦੇ ਟੁੱਕ ਫੋਰ ਅ ਰਾਈਟ। ਇਹ 14 ਤਰੀਕ ਨੂੰ ਕੋਰਟ ਦੇ ਵਿੱਚ ਕਹਿੰਦੇ ਨੇ ਕਿ ਜੀ ਲੜਕੀ ਇਲੀਗਲ ਡਿਟੈਂਸ਼ਨ 'ਚ ਹੈ, ਜਦਕਿ 14 ਤਰੀਕ ਦੀ CCTV ਫੁਟੇਜ ਹੈਗੀ ਹੈ, ਉਹ ਦਿਖਾ ਰਹੀ ਹੈ ਕਿ ਲੜਕੀ 2 ਬੰਦਿਆਂ ਦੇ ਨਾਲ ਸੜਕ ਦੇ ਉੱਤੇ ਆਜ਼ਾਦ ਖੜੀ ਹੈ, ਲਗਾਤਾਰ ਉਹ ਸਾਰੇ ਸ਼ੋਅ ਦੇ ਵਿੱਚ ਉਹਦੇ ਕੋਲ ਫੋਨ ਹੈ, ਉਹ ਸਾਰੀ ਬੱਚੀਆਂ ਦੇ ਗਰੁੱਪ 'ਚ ਹੈ। ਸੋ ਇਹ ਚੀਜ਼ਾਂ ਸਾਰੇ ਕਿਤੇ ਉਹਦੀ ਇਲੀਗਲ ਡਿਟੈਂਸ਼ਨ ਸਾਰੇ ਸ਼ੋਅ ਦੇ ਦੌਰਾਨ ਨਹੀਂ ਹੈਗੀ, ਔਰ ਹੈਬੀਅਸ ਕੋਰਪਸ ਦੇ ਵਿੱਚ ਹਾਈਕੋਰਟ 'ਚ ਝੂਠਾ ਬੋਲਿਆ ਕਿ ਇਲੀਗਲ ਡਿਟੈਂਸ਼ਨ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ, ਔਰ ਇਹਦਾ ਚਿੱਠੀ ਦਾ ਇੱਕ ਰਿਮਾਈਂਡਰ 3 ਅਪ੍ਰੈਲ ਨੂੰ ਵੀ ਪਾਇਆ, ਹੁਣ ਤੱਕ ਕੋਈ DGP ਸਾਹਿਬ ਦਾ ਜਵਾਬ ਨਹੀਂ ਆਇਆ, ਔਰ ਨਾ ਹੀ ਇਹ ਚੀਜ਼ ਇਸਟੈਬਲਿਸ਼ ਕੀਤੀ ਹੈ ਕਿ ਹੂ ਇਜ਼ ਨੈਨਸੀ ਘੁੰਮਣ, ਉਹਨੂੰ ਕੋਈ ਨਹੀਂ ਫੜ ਰਿਹਾ। ਨੈਨਸੀ ਘੁੰਮਣ ਨੂੰ ਫੜਨ ਲਈ ਕੁਛ ਨਹੀਂ ਕੀਤਾ ਜਾ ਰਿਹਾ, ਜਿਹੜੀ ਕਿ ਉਹਦਾ PTC ਨਾਲ ਕੋਈ ਲੈਣਾ ਦੇਣਾ ਜਾਂ ਉਹਦਾ ਕੁਛ ਵੀ ਨਹੀਂ ਹੈਗਾ, ਨਾ ਭੁਪਿੰਦਰ ਸਿੰਘ ਦਾ। ਇਹ 2 ਬੰਦੇ ਅਨਨੋਨ ਬੰਦੇ ਨੇ, ਕੀ ਨੇ ਪਾਏ ਨੇ, ਕਿਹਦੀ ਸਾਜਿਸ਼ ਹੈ, ਪੁਲਿਸ ਉਸ ਐਂਗਲ 'ਤੇ ਜਾ ਹੀ ਨਹੀਂ ਰਹੀ। ਲੜਕੀ ਦੇ ਜਿਹੜੇ ਵੀਡੀਓਜ਼ ਹੈ ਉਹਨਾਂ ਨੂੰ ਪ੍ਰੋਬ ਕਰ ਹੀ ਨਹੀਂ ਰਹੇ, ਉਸ ਐਂਗਲ 'ਤੇ ਜਾ ਹੀ ਨਹੀਂ ਰਹੇ, ਜਦਕਿ PTC ਕੈਸ਼ ਰਿਵਾਰਡ ਕਹਿ ਰਿਹਾ ਉਸ ਗੱਲਾਂ। ਇੱਕ ਗੱਲ ਆ, ਚਿੰਮਾ ਸਾਹਿਬ ਨੇ ਕਿਤੇ ਕਹਿ ਵੀ ਦਈ, ਪਰ ਅਸੀਂ ਦੁਹਰਾਉਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਕਾਂਸਟੀਟਿਊਸ਼ਨਲ ਸਿਸਟਮ ਨੂੰ ਬ੍ਰੇਕ ਕਰ ਰਹੀ ਹੈ, ਤੋੜ ਰਹੀ ਆ। ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਮੁੱਖ ਮੰਤਰੀ ਦੇ ਦਫ਼ਤਰ ਜ਼ਿਲ੍ਹਿਆਂ 'ਚ ਸਾਰੇ ਜ਼ਿਲ੍ਹਿਆਂ 'ਚ ਖੋਲ੍ਹੇ ਜਾਣਗੇ, ਪਰ ਦਫ਼ਤਰ ਤਾਂ ਆਲਰੇਡੀ ਡਿਪਟੀ ਕਮਿਸ਼ਨਰ ਮੁੱਖ ਮੰਤਰੀ ਦੇ ਹੀ ਦਫ਼ਤਰ ਹੁੰਦੇ ਨੇ। ਇਹਦਾ ਮਤਲਬ ਪੈਰਲਲ ਮਸ਼ੀਨਰੀ ਕ੍ਰੀਏਟ ਕਰਨੀ ਚਾਹੁੰਦੇ ਆ, ਪੈਰਲਲ ਸਿਸਟਮ ਬਣਾਉਣਾ ਚਾਹੁੰਦੇ ਆ, ਚੱਲ ਰਹੇ ਸਿਸਟਮ ਨੂੰ ਤੋੜਨਾ ਚਾਹੁੰਦੇ ਨੇ, ਜਾਂ ਡਿਪਟੀ ਕਮਿਸ਼ਨਰ 'ਤੇ ਵਿਸ਼ਵਾਸ ਨਹੀਂ ਰਿਹਾ। ਇਹ ਜਵਾਬ ਪੰਜਾਬ ਦੇ ਲੋਕ ਹੀ ਦੇਸ਼ ਦੇ ਲੋਕ ਮੰਗਣਗੇ, ਕਿਉਂਕਿ ਇਹ ਕੰਸਟੀਟਿਊਸ਼ਨਲ ਸਿਸਟਮ ਹੈ। ਪਰ ਪੰਜਾਬ ਸਰਕਾਰ ਆਪਣੇ ਆਪ ਤਾਣੇ ਜਿਹੜੇ ਬੁਣ ਰਹੀ ਆ ਉਹਦੇ 'ਚ ਉਲਝੀ ਜਾ ਰਹੀ ਆ। ਸਾਨੂੰ ਇਸ ਗੱਲ ਦਾ ਫਿਕਰ ਆ ਕਿ ਪੰਜਾਬ ਅੱਜ ਬਹੁਤ ਗੰਭੀਰ ਚੁਣੌਤੀਆਂ 'ਚੋਂ ਲੰਘ ਰਿਹਾ, ਜੇ ਉਹ ਚੁਣੌਤੀਆਂ ਨੂੰ ਸਿਰਤਾ ਦੇ ਨਾਲ ਨਾ ਨਜਿੱਠਿਆ ਤਾਂ ਪੰਜਾਬ ਹੋਰ ਖਤਰੇ ਵਿੱਚ ਜਾਏਗਾ। ਸਾਨੂੰ ਇਸ ਗੱਲ ਦੀ ਚਿੰਤਾ। ਕੋਈ ਸਵਾਲ ਪੁੱਛਣਾ ਹੈ ਜੀ? ਹਾਂ,
ਅੱਛਾ ਕ੍ਰਾਈਮ ਰੇਟ ਨਹੀਂ, ਪਹਿਲੀ ਗੱਲ ਤਾਂ ਡੀ ਜੀ ਪੀ ਸਾਹਿਬ ਨੂੰ ਕੀ ਕਿਹਾ ਪਹਿਲੀ ਗੱਲ ਤਾਂ ਦੇਖੋ, ਇਹ ਜਿਹੜੀ ਵੀ ਗੱਲ ਕਰਦੇ ਆ, ਮੈਂ ਸਮਝਦਾ ਲੋਕਾਂ ਦੀ ਇਹ ਅਸਲੀਅਤ ਤੋਂ ਦੂਰ ਜਾ ਰਹੇ ਨੇ। ਪਹਿਲੀ ਗੱਲ ਤਾਂ ਜਿਹੜਾ ਸਿਸਟਮ ਤੋੜਨ ਦੀ ਗੱਲ ਕਹੀ ਸੀ ਨਾ ਮੈਂ, ਪੰਜਾਬ ਦੇ ਵਿੱਚ ਟਰਾਂਸਪੋਰਟਰ ਜਿਹੜੇ ਨੇ, ਛੋਟੇ ਟਰਾਂਸਪੋਰਟਰ ਅਤੇ ਲੋਡਿੰਗ ਅਨਲੋਡਿੰਗ ਕਰਨ ਵਾਲੇ ਮਜ਼ਦੂਰ, ਉਹ ਵਿਹਲੇ ਹੋ ਰਹੇ ਨੇ। ਗੌਰਮੈਂਟ ਆਫ ਇੰਡੀਆ ਨੇ ਜਿਹੜੀ ਨਵੀਂ ਪਾਲਿਸੀ ਲਿਆਂਦੀ ਡਾਇਰੈਕਟ ਲਿਫਟਿੰਗ ਦੀ, ਉਹਦੇ ਨਾਲ ਟਰਾਂਸਪੋਰਟਰਸ ਨੂੰ ਵੀ ਅਤੇ ਲੇਬਰ ਜਮਾਤ ਨੂੰ ਬਹੁਤ ਵੱਡਾ ਘਾਟਾ ਨੁਕਸਾਨ ਹੋ ਗਿਆ, ਵਿਹਲੇ ਕਰਤੇ ਉਹ ਤਾਂ। ਪਰ ਉਹਦੇ ਵਿਰੁੱਧ ਪੰਜਾਬ ਸਰਕਾਰ ਨੇ ਅੱਜ ਤੱਕ ਇੱਕ ਸ਼ਬਦ ਨਹੀਂ ਬੋਲਿਆ, ਨਾ ਦਿੱਲੀ ਦੇ ਕੋਲ ਕੇਸ ਰਿਪ੍ਰਜੈਂਟ ਕੀਤਾ, ਬਲਕਿ ਉਲਟਾ ਜਿਹੜੀ ਅੱਜ ਤੁਸੀਂ ਦੱਸ ਰਹੇ ਹੋ ਇਹ ਫਿਗਰਾਂ ਦੇ ਕੇ ਤਾਂ ਹੋਰ ਬਲਕਿ ਉਹਦੇ 'ਤੇ ਮੋਹਰ ਲਾਉਣ ਵਾਲੀ ਗੱਲ ਆ। ਦੂਜੀ, ਜਿੱਥੇ ਡੀ ਜੀ ਪੀ ਸਾਹਿਬ ਕ੍ਰਾਈਮ ਰੇਟ ਦੀ ਗੱਲ ਕਰਦੇ ਨੇ, ਮੈਂ ਸਮਝਦਾ ਬੜੀ ਹਾਸੋਹੀਣੀ ਗੱਲ ਆ। ਇਹ ਤਾਂ ਜੱਗ ਜ਼ਾਹਰ ਆ ਕਿ ਰੋਜ਼ਾਨਾ ਡੀ ਜੀ ਪੀ ਸਾਹਿਬ ਦੱਸਣ ਵੀ ਰੋਜ਼ਾਨਾ ਕਤਲੋਗਾਰਤ ਹੋ ਰਹੀ ਹੈ ਕਿ ਨਹੀਂ, ਰੋਜ਼ਾਨਾ ਕੋਈ ਨਾ ਕੋਈ ਕਤਲ ਹੋ ਰਿਹਾ। ਮੋਹਾਲੀ ਕੱਲ੍ਹ ਭਾਰੀ ਮੋਹਾਲੀ ਦੇ ਵਿੱਚ ਇੱਕ ਡਿਨਰ 'ਤੇ ਆਇਆ ਪਰਿਵਾਰ, ਮਤਲਬ ਉਹਦੇ 'ਤੇ ਇੱਕ ਕਾਰ ਦੀ ਪਾਰਕਿੰਗ ਕਰਨ 'ਤੇ ਗੋਲੀ ਚਲਾਤੀ। ਮਤਲਬ ਜਿਹੜੇ ਆ ਹੁਣ ਪਟਿਆਲੇ ਦੌਣ ਕਲਾਂ ਵਾਲਾ ਜਿਹੜਾ ਮੁੰਡਾ ਉਹ ਭਿੰਦਾ ਮਾਰਿਆ, ਉਹਦੇ 'ਤੇ ਬੜੀ ਰਾਤ ਆ ਰਿਹਾ ਸੀ ਵੀ 7 ਅਕਿਊਜ਼ਡ ਫੜ ਲਏ। ਉਹ ਮੈਂ ਅੱਜ ਜਾ ਕੇ ਆਇਆ, ਉਹ ਕਹਿੰਦੇ ਜੀ 7 ਜਿਹੜੇ ਹੋਰ ਸੀ ਨਾ ਵੀ ਕਿਤੇ ਜਾ ਕੇ ਕਿਤੇ ਪੀ ਜੀ 'ਚ ਠਹਿਰੇ ਸੀ, ਕਿਤੇ ਰਸਤੇ 'ਚ ਹੱਥ ਮਿਲਾ ਲਿਆ, ਉਹ ਸੀ 7 ਉਹ ਫੜੇ ਨੇ। ਜਿਹੜੇ ਅਸਲੀ 4 ਮੁਰਜ਼ਮਾਂ ਉਹਨਾਂ ਦਾ ਜ਼ਿਕਰ ਤੱਕ ਨਹੀਂ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਕੇਸ ਆ, ਉਹਦੇ 'ਚ ਕੋਈ ਅਸਲੀ ਮੁਰਜ਼ਮ ਨਹੀਂ ਫੜਿਆ। ਯਾਨੀ ਜਿਹੜੇ ਅਸਲੀ ਦੋਸ਼ੀ ਨੇ, ਮੇਨ ਅਕਿਊਜ਼ ਨੇ, ਉਹਨਾਂ ਨੂੰ ਤਾਂ ਸਰਕਾਰ ਪੋਚਾ ਪੋਚੀ ਕਰੀ ਜਾ ਰਹੀ ਹੈ। ਸੋ ਇਸ ਕਰਕੇ ਹੁਣ ਉਲਟਾ ਡੀ ਜੀ ਪੀ ਸਾਹਿਬ ਵੱਲੋਂ ਇਹ ਕਹਿਣਾ ਵੀ ਕ੍ਰਾਈਮ ਰੇਟ ਘਟਿਆ, ਇਹ ਤਾਂ ਮੈਂ ਸਮਝਦਾ ਬਹੁਤ ਹੀ ਚਿੰਤਾ ਵਾਲੀ ਗੱਲ ਆ, ਫਿਕਰ ਵਾਲੀ ਗੱਲ ਆ ਕਿ ਇੰਨੀ ਕਤਲੋਗਾਰਤ ਨੂੰ ਵੀ ਜੇ ਡੀ ਜੀ ਪੀ ਸਾਹਿਬ ਕਹਿਣ ਵੀ ਅਜੇ ਤਾਂ ਹੋਰ, ਅਜੇ ਤਾਂ ਇਹਦਾ ਮਤਲਬ ਹੋਰ ਹੋਣੇ ਚਾਹੀਦੇ ਆ। ਇਹਦਾ ਡੀ ਜੀ ਪੀ ਸਾਹਿਬ ਦੇ ਬਿਆਨ ਤੋਂ ਤਾਂ ਇਹ ਸਵਾਲ ਉੱਠਦਾ, ਹਾਂ ਵੀ ਕੋਟਾ ਪੂਰਾ ਨਹੀਂ ਹੋਇਆ, ਕੋਟਾ ਪੂਰਾ ਕਰਨਾ ਚਾਹੁੰਦੇ ਡੀ ਜੀ ਪੀ ਸਾਹਿਬ? ਇੱਕ ਚੰਦਮਰਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਬਣਨ ਤੋਂ ਬਾਅਦ ਇਹ ਦੂਸਰੀ ਤੀਸਰੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਪਹਿਲਾਂ ਬੀਬੀਐਮਈ ਦਾ, ਸਿਟਕੋ ਦਾ, ਫਿਰ ਚੰਡੀਗੜ੍ਹ ਦੇ ਮਸਲੇ ਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਤੁਸੀਂ ਆਪ ਪਾਰਟੀ ਮੀਟਿੰਗ ਬੁਲਾਉਣ ਬਾਰੇ ਵੀ ਕਿਹਾ ਸੀ, ਅੱਜ ਫਿਰ ਦੁਬਾਰਾ ਹੁਣ ਇਹ ਜੇਲ੍ਹ ਦੇ ਬਾਰੇ, ਬਲਟੋਵਾ ਸਾਹਿਬ ਦਾ ਵੀ ਪਹਿਲਾਂ ਜੇਲ੍ਹ ਦੇ ਬਾਰੇ ਬਿਆਨ ਆਇਆ ਸੀ, ਅਤੇ ਜੇਲ੍ਹ ਦੇ ਵਿੱਚ ਜੋ ਸਰਕਾਰ ਦੀ ਤੁਸੀਂ ਰਾਜ ਸਿੰਘ ਬਦਲਾਖੋਰੀ ਬਾਰੇ ਕਹਿ ਰਹੇ ਹੋ, ਮੇਰਾ ਮਤਲਬ ਆ ਵੀ ਆਪਾਂ ਅਤੇ ਤੀਜੀ ਚੌਥੀ ਇਹ ਪ੍ਰੈਸ ਕਾਨਫਰੰਸ ਹੈ, ਪਰ ਤੁਸੀਂ ਜੋ ਕਹਿ ਰਹੇ ਹੋ ਸਰਕਾਰ ਦਾ ਕੋਈ ਉੱਤੇ ਰਿਐਕਸ਼ਨ ਨਹੀਂ ਹੁੰਦਾ ਅਤੇ ਨਾ ਹੀ ਆਮ ਪਾਰਟੀ ਮੀਟਿੰਗ ਦੇ ਉੱਤੇ ਆ ਰਹੀ ਹੈ, ਅਤੇ ਕੀ ਇਹਦੇ 'ਤੇ ਅਕਾਲੀ ਦਲ ਅੱਗੋਂ ਜੇ ਹੁਣ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਨਹੀਂ ਕੋਈ ਆਮ ਪਾਰਟੀ ਮੀਟਿੰਗ ਜਾਂ ਇਹਦੇ ਬਾਰੇ ਪਰੇ, ਅਤੇ ਅਕਾਲੀ ਦਲ ਕੀ ਲਾਈਨ ਆਫ ਐਕਸ਼ਨ ਜਿਹੜਾ ਕਰੇਗਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕ ਜ਼ਿੰਮੇਵਾਰ ਪਾਰਟੀ ਆ। ਅਸੀਂ ਮਤਲਬ ਸ਼ੁਰੂ 'ਚ ਹੀ ਗੱਲ ਕਹਿਤੀ ਸੀ ਕਿ ਅਸੀਂ ਬਦੋਬਦੀ ਖਲਲ ਨਹੀਂ ਪਾਉਣਾ ਚਾਹੁੰਦੇ, ਅਸੀਂ ਬਦੋਬਦੀ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ, ਅਸੀਂ ਸਾਰੀ ਸਿਚੁਏਸ਼ਨ ਨੂੰ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੁੰਦੇ। ਅਸੀਂ ਮਹਿਸੂਸ ਕਰਦੇ ਹਾਂ ਕਿ ਜੇ ਕੇਂਦਰ ਦੀ ਦਖਲਅੰਦਾਜ਼ੀ ਆ ਪੰਜਾਬ ਦੇ ਮਸਲਿਆਂ 'ਚ, ਸਾਡੇ ਹੱਕ ਖੋਹਣ ਵਾਲੀ ਗੱਲ ਆ, ਅਤੇ ਉਹਦਾ ਵਿਰੋਧ ਪ੍ਰੈਰੋਗੇਟਿਵ ਹੈ ਸਰਕਾਰ ਦਾ, ਸਰਕਾਰ ਦਾ ਫਰਜ਼ ਆ, ਡਿਊਟੀ ਆ, ਉਹ ਨਿਭਾਏ। ਪਰ ਨਾਲ ਅਸੀਂ ਇਹ ਵੀ ਕਿਹਾ ਸੀ ਵੀ ਬਹੁਤੀ ਦੇਰ ਅਸੀਂ ਇੰਤਜ਼ਾਰ ਨਹੀਂ ਕਰਾਂਗੇ,
ਜਿੱਥੇ ਤੱਕ ਜੇਲ੍ਹ ਵਾਲੀ ਗੱਲ ਆ, ਮੈਂ ਬੜੀ ਕਲੀਅਰ ਗੱਲ ਕਰਨਾ ਚਾਹੁੰਦਾ, ਅਸੀਂ ਕੋਈ ਸਪੈਸ਼ਲ ਸਹੂਲਤਾਂ ਨਹੀਂ ਮੰਗ ਰਹੇ। ਵਿਕਰਮ ਜਿਠੀਆ ਹੋਣ ਜਾਂ ਪੀ ਟੀ ਸੀ ਹੋਏ ਜਾਂ ਕੋਈ ਹੋਰ, ਮਤਲਬ ਕਿਸੇ ਲਈ ਅਸੀਂ ਸਪੈਸ਼ਲ ਸਹੂਲਤਾਂ ਨਹੀਂ ਮੰਗਦੇ, ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਜਿਹੜੇ ਬਣਦੇ ਹੱਕ ਨੇ ਉਹ ਨਹੀਂ ਖੋਏ ਜਾ ਸਕਦੇ। ਉਹ ਮਤਲਬ ਇੱਕ ਹਿਊਮਨ ਐਟੀਚਿਊਡ ਆ। ਇੱਕ ਜੇ ਇੱਕ ਫਾਂਸੀ ਲੱਗਣ ਵਾਲੇ ਹਾਰਡ ਤੋਂ ਹਾਰਡ ਕ੍ਰਿਮੀਨਲ ਬੰਦੇ ਲਈ ਵੀ ਇੱਕ ਜੀਵਨ ਜੀਣ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਤਾਂ ਇੱਕ ਅੰਡਰ ਟ੍ਰਾਇਲ ਬੰਦੇ ਵਾਸਤੇ ਤਾਂ ਸਹੂਲਤਾਂ ਜਿਹੜੀਆਂ ਜੇਲ੍ਹ ਮੈਨੂਅਲ ਅਨੁਸਾਰ ਇੰਟਾਈਟਲ ਆ ਜਿਹੜੀਆਂ ਗੱਲਾਂ ਦਾ, ਉਹ ਤਾਂ ਬਣਦਾ ਹੀ ਬਣਦਾ। ਉਹ ਜਦੋਂ ਖੋਏ ਜਾ ਰਹੇ ਨੇ, ਔਰ ਉਹ ਵੀ ਰਾਜਸੀ ਬਦਲਾਖੋਰੀ ਦੇ ਨਜ਼ਰੀਏ ਨਾਲ ਖੋਏ ਜਾ ਰਹੇ ਨੇ, ਤਾਂ ਸਾਨੂੰ ਬੋਲਣਾ ਪੈ ਰਿਹਾ। ਨਹੀਂ, ਅਸੀਂ ਤਾਂ ਭਗਵੰਤ ਮਾਨ ਜੀ ਦੇ ਕਹਿਣ ਤੋਂ ਪਹਿਲੇ ਹੀ ਕਹਿ ਰਹੇ ਹਾਂ ਵੀ ਸਮਾਂ ਦੇਣਾ ਚਾਹੀਦਾ, ਔਰ ਅਸੀਂ ਦੇਣ ਨੂੰ ਤਿਆਰ ਹਾਂ। ਪਰ ਨਾਲ ਨਾਲ ਇਹ ਵੀ ਹੈ ਨਹੀਂ ਨਾ ਵੀ ਕੇਂਦਰ ਵੱਲੋਂ ਤਿੱਖੇ ਹਮਲੇ ਹੋ ਰਹੇ ਹੋਣ, ਸਿੱਧੀ ਦਖਲਅੰਦਾਜ਼ੀ ਹੋ ਰਹੀ ਹੋਵੇ, ਅਤੇ ਫਿਰ ਸਰਕਾਰ ਪੰਜਾਬ ਦੀ ਚੁੱਪ ਬੈਠੀ ਹੋਵੇ। ਔਰ ਦੂਜੀ ਗੱਲ ਇਹ ਆ ਵੀ ਜੇ ਸਮਾਂ ਭਗਵੰਤ ਮਾਨ ਜੀ ਨੂੰ ਅਸੀਂ ਸਮਾਂ ਦੇਣਾ ਚਾਹੁੰਦੇ ਹਾਂ, ਸਮਾਂ ਮਿਲਣਾ ਚਾਹੀਦਾ ਪੰਜਾਬ ਦੇ ਵਿਕਾਸ ਲਈ, ਪੰਜਾਬ ਦੇ ਅਮਨ ਭਾਈਚਾਰੇ ਲਈ, ਪੰਜਾਬ ਦੇ ਜਿਹੜੇ ਲੋਕਾਂ ਨਾਲ ਵਾਅਦੇ ਵਚਨ ਕੀਤੇ ਨੇ, ਲੋਕਾਂ ਨੇ ਉਹਨਾਂ 'ਤੇ ਵਿਸ਼ਵਾਸ ਕੀਤਾ, ਉਹ ਵਾਅਦੇ ਵਚਨ ਪੂਰੇ ਕਰਨ ਲਈ ਅਸੀਂ ਸਮਾਂ ਅੰਗਰੇਜ਼ਾਂ ਨੂੰ ਪੜ੍ਹਾਉਣ ਵਾਸਤੇ ਨਹੀਂ ਦੇਣਾ ਚਾਹੁੰਦੇ। ਅਸੀਂ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਉਹ ਹੱਲ ਕਰਨ ਲਈ ਜ਼ਰੂਰ ਸਮਾਂ ਲੈਣਾ ਚਾਹੀਦਾ, ਮਿਲਣਾ ਚਾਹੀਦਾ। ਪਰ ਇਹ ਸਮੇਂ ਦਾ ਮਤਲਬ ਇਹ ਨਹੀਂ ਹੈ ਵੀ ਬਾਕੀ ਕੰਮ ਸਾਰੇ ਛੱਡ ਕੇ ਬਹਿ ਜਾਓ। ਹੁਣ ਆ ਟਰਾਂਸਪੋਰਟ ਦੀ ਗੱਲ ਆ, ਦੇਖੋ ਟਰਾਂਸਪੋਰਟ 'ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਚਿੱਠੀ ਤੱਕ ਨਹੀਂ ਲਿਖੀ ਵੀ ਸਾਡੇ ਟਰਾਂਸਪੋਰਟਰ ਵਿਹਲੇ ਹੋ ਗਏ। ਤੁਹਾਨੂੰ ਪਤਾ ਵੀ ਛੋਟਾ ਟਰਾਂਸਪੋਰਟਰ 6 ਮਹੀਨੇ ਦੀ ਕਮਾਈ ਕਰਦਾ, ਹੁਣ ਸਾਰਾ ਵਿਹਲਾ ਹੋ ਜਾਣਾ, ਲੇਬਰ ਜਿਹੜੀ ਆ ਸਾਰੀ ਵਿਹਲੀ ਹੋ ਜਾਣੀ ਆ। ਮੁੱਖ ਮੰਤਰੀ ਸਾਹਿਬ ਨੇ ਕੋਈ ਚਿੱਠੀ ਲਿਖੀ? ਆਹ ਜਿਹੜਾ ਘੱਟੋ ਘੱਟ ਪੰਜਾਬ ਸਰਕਾਰ ਨੂੰ ਇੱਕ ਕੇਸ ਬਣਾਉਣਾ ਚਾਹੀਦਾ ਵੀ ਜਿਹੜੀ ਮਤਲਬ ਗੈਰ ਮੌਸਮੀ ਬਾਰਿਸ਼ ਹੋਈ ਆ, ਫਿਰ ਆ ਗਰਮੀ ਪਈ ਮਾਰਚ ਮਹੀਨੇ ਦੇ ਸ਼ੁਰੂ 'ਚ, ਜਿਹਦੇ ਕਰਕੇ ਝਾੜ ਘੱਟ ਗਿਆ, ਅਤੇ ਇਹਨੂੰ ਕੁਦਰਤੀ ਆਫਤ ਡਿਕਲੇਅਰ ਕਰਾਵੇ ਪੰਜਾਬ ਸਰਕਾਰ, ਇਹਨੂੰ ਨੈਚੁਰਲ ਕਲੇਮਿਟੀ ਡਿਕਲੇਅਰ ਕਰਾ ਕੇ ਬਣਦਾ ਮੁਆਵਜ਼ਾ ਕੇਂਦਰ ਦੇ ਕੋਲ ਪਿਆ। ਕੇਂਦਰ ਕੋਲ ਪੈਸਾ ਇਹਨਾਂ ਕੰਮਾਂ ਲਈ ਬਹੁਤ ਪਿਆ ਨੈਚੁਰਲ ਕਲੇਮਿਟੀ ਦਾ, ਪਰ ਉਹ ਪੈਸਾ ਲੈਣ ਮਾ ਹੁਣ ਜ਼ਰੂਰੀ ਤਾਂ ਨਹੀਂ ਮਜੀਠੀਆ ਸਾਹਿਬ ਦੀ ਬੈਰ ਕੇ ਚੈੱਕ ਕਰਨ ਜਾਣ। ਆਹੀ ਮੰਤਰੀ ਜੇ ਉੱਥੇ ਜਾ ਕੇ ਬਹਿ ਜਾਂਦੇ ਤਾਂ ਇਹਨੂੰ ਕੁਦਰਤੀ ਆਫ ਡਿਕਲੇਅਰ ਕਰਾਉਂਦੇ, ਕਰੋੜਾਂ ਰੁਪਏ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ। ਸ਼ਾਇਦ ਤੁਹਾਡੇ ਯਾਦ ਹੋਏਗਾ ਅਸੀਂ ਪਹਿਲੇ ਦਿਨੇ ਕਹਿਤਾ ਸੀ ਵੀ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ, ਹੁਣ ਧਰਮ ਯੁੱਧ ਮੋਰਚੇ ਵਰਗਾ ਮੋਰਚਾ ਲਾਉਣਾ ਪਏਗਾ। ਪਰ ਅਸੀਂ ਪਹਿਲਾਂ ਮਤਲਬ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਬਦੋ ਬਦੀ ਮਤਲਬ ਇਹਦੇ ਹਾਲਾਤਾਂ ਦਾ ਫਾਇਦਾ ਇਕੱਲਾ ਅਕਾਲੀ ਦਲ ਜਾਂ ਅਕਾਲੀ ਦਲ ਹੀ ਸਾਰੀ ਗੱਲ ਕਰੇ, ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਸਰਕਾਰ ਇਸ ਪਾਸੇ ਤੁਰੇ। ਜੇ ਸਰਕਾਰ ਨਹੀਂ ਤੁਰੇਗੀ ਤਾਂ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠੇਗਾ, ਅਕਾਲੀ ਦਲ ਉਸ ਪਾਸੇ ਵਧੇਗਾ। ਅਸੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਤੋਂ ਵੀ ਟਾਈਮ ਲਿਆ, ਉਹਨਾਂ ਨੂੰ ਵੀ ਅਸੀਂ ਚਿੱਠੀ ਲਿਖੀ ਆ, ਪ੍ਰਧਾਨ ਮੰਤਰੀ ਜੀ ਨੇ ਅਜੇ ਟਾਈਮ ਨਹੀਂ ਦਿੱਤਾ। ਅਸੀਂ ਰਾਸ਼ਟਰਪਤੀ ਜੀ ਨੂੰ ਵੀ ਚਿੱਠੀ ਲਿਖਣ ਲੱਗੇ ਸੀ, ਅਤੇ ਪਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ। ਅਸੀਂ ਸਮਝਦੇ ਸੀ ਕਿ ਸੈਸ਼ਨ ਵਿੱਚੋਂ ਕੁਝ ਕੱਢਣਗੇ, ਪਰ ਉਹ ਸੈਸ਼ਨ ਉੱਥੇ ਤਾਂ ਉੱਥੇ ਰਹਿ ਗਿਆ। ਇਸੇ ਕਰਕੇ ਫਿਰ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਟਾਈਮ ਮੰਗਿਆ, ਅਤੇ ਪਹਿਲਾਂ ਅਸੀਂ ਗੱਲਬਾਤ ਕਰਕੇ
ਪਹਿਲਾਂ ਅਸੀਂ ਟੇਬਲ ਟਾਕ ਕਰਕੇ, ਪਹਿਲਾਂ ਅਸੀਂ ਆਪਣਾ ਮੈਮੋਰੈਂਡਮ ਦੇ ਕੇ ਆਪਣਾ ਪੱਖ ਰੱਖਾਂਗੇ, ਅਤੇ ਜਿਹੜੀ ਲੜਾਈ ਆ ਉਹ ਤਾਂ ਫਿਰ ਆਖਰੀ ਹਥਿਆਰ ਆ, ਅਤੇ ਆਖਰੀ ਹਥਿਆਰ ਵੀ ਵਰਤਣ ਦੀ ਲੋੜ ਪਈ ਤਾਂ ਵਰਤਾਂਗੇ। ਮੈਂ ਇੱਕ ਸੈਕਿੰਡ ਜੋ ਪ੍ਰੈਸ ਸਾਹਿਬ ਨੇ ਕਿਹਾ ਉਹਨੂੰ ਕੰਟੀਨਿਊ ਕਰਦਾ, ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾਇਆ, ਸਪੈਸ਼ਲ ਸੈਸ਼ਨ ਬੁਲਾਇਆ, ਉਹ ਰੈਜ਼ੋਲੂਸ਼ਨ ਪੜ੍ਹ ਲਓ, ਕਿਤੇ ਗਵਰਨਮੈਂਟ ਆਫ ਇੰਡੀਆ ਦਾ ਨੋਟੀਫਿਕੇਸ਼ਨ ਚੰਡੀਗੜ੍ਹ ਬਾਰੇ ਰੱਦ ਕੀਤਾ ਹਾਊਸ ਨੇ? ਨਹੀਂ ਕੀਤਾ। ਹਾਊਸ ਨੇ ਕੀ ਪਾਸ ਕੀਤਾ ਕਿ ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਕਹਿੰਦੇ ਹਾਂ ਕਿ ਦਿੱਲੀ ਦੇ ਕੋਲ ਇਹਨਾਂ ਗੱਲਾਂ ਦੀ ਪੈਰਵੀ ਕਰੇ। ਕੀ ਇਹਦੇ ਲਈ ਰੈਜ਼ੋਲੂਸ਼ਨ ਦੀ ਲੋੜ ਸੀ? ਗਵਰਨਮੈਂਟ ਇਟਸੈਲਫ ਇਜ਼ ਡਿਊਟੀ ਬਾਊਂਡ ਟੂ ਪ੍ਰੋਟੈਕਟ ਦੀ ਇੰਟਰਸਟ ਆਫ ਦੀ ਸਟੇਟ। ਜੇ ਰੈਜ਼ੋਲੂਸ਼ਨ ਚਾਹੀਦਾ ਸੀ ਪੰਜਾਬ ਦੀ ਯੂਨਿਟੀ ਦਿਖਾਉਣ ਲਈ, ਪੰਜਾਬ ਦੀ ਵੋਇਸ ਸੁਣਾਉਣ ਲਈ, ਪੰਜਾਬ ਦਾ ਮੈਸੇਜ ਉੱਥੇ ਦੇਣ ਲਈ ਕਿ ਆਊਟਰਾਈਟਲੀ ਸਟੇਟ ਆਫ ਪੰਜਾਬ ਰਿਜੈਕਟਸ ਦਿਸ ਨੋਟੀਫਿਕੇਸ਼ਨ ਆਫ ਗਵਰਨਮੈਂਟ ਆਫ ਇੰਡੀਆ, ਜਿਹਦੇ ਨਾਲ ਉਹ ਸੈਂਟਰਲ ਸਰਵਿਸਿਜ਼ ਵਾਲੇ ਉਹਨਾਂ ਨੇ ਫਾਇਦੇ ਦਿੱਤੇ ਆ, ਉਹ ਰੈਜ਼ੋਲੂਸ਼ਨ 'ਚ ਜ਼ਿਕਰ ਤੱਕ ਨਹੀਂ ਹੋਇਆ। ਜ਼ਿਕਰ ਤੱਕ ਤੁਸੀਂ ਦੇਖ ਲਓ, ਉਹਦਾ ਮਸਲਾ ਚੰਡੀਗੜ੍ਹ ਦਾ ਛੇੜ ਲਿਆ ਜਿਹੜਾ ਅਜੇ ਉਹਦੇ 'ਚ ਪਿਆ ਕੋਰਟ 'ਚ। ਹਾਂਜੀ, ਤੁਸੀਂ ਕੀ ਕਹਿੰਦੇ ਸੀ? ਦੇਖੋ, ਆਉਣ ਵਾਲੇ ਹਾਲਾਤ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਨੇ, ਜੋ ਅੱਜ ਸੱਚਾਈ ਆ ਕਿ ਆਪ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਦੁਬਿਧਾ ਵਿੱਚ ਪਈ ਨਜ਼ਰ ਆਉਂਦੀ ਆ, ਉਹ ਕਿਸੇ ਨਾ ਕਿਸੇ ਦਬਾਅ ਵਿੱਚ ਆਈ ਹੋਈ ਆ, ਕਿਉਂਕਿ ਇਹਨਾਂ ਦੀ ਜਿਹੜੀ ਰਾਸ਼ਟਰੀ ਲੀਡਰਸ਼ਿਪ ਆ ਕੇਜਰੀਵਾਲ ਸਾਹਿਬ, ਉਹ ਮਤਲਬ ਉਹਨਾਂ ਦਾ ਦੋਹਰਾ ਚਿਹਰਾ, ਦੋਹਰੇ 'ਤੇ ਵੀ ਤੀਹਰਾ ਚਿਹਰਾ ਉਹਨਾਂ ਦਾ, ਦਿੱਲੀ ਹੋਰ ਆ, ਹਰਿਆਣਾ ਹੋਰ ਆ, ਪੰਜਾਬ ਹੋਰ ਆ, ਹਿਮਾਚਲ ਹੋਰ ਆ, ਹਿਮਾਚਲ ਹੋਰ ਆ, ਮਤਲਬ ਉਹਨਾਂ ਦੇ ਇਸ ਤੀਰੇ ਚੌਰੇ ਚਿਹਰੇ ਦਾ ਲਾਹਾ ਕਿਤੇ ਨਾ ਕਿਤੇ ਗੁਆਂਢੀ ਸੂਬੇ ਵੀ ਉਠਾਉਣਾ ਚਾਹੁੰਦੇ ਆ, ਵਿਸ਼ੇਸ਼ ਤੌਰ 'ਤੇ ਹਰਿਆਣਾ, ਦਿੱਲੀ ਵੀ ਉਠਾਉਣਾ ਚਾਹੁੰਦੀ ਆ, ਅਤੇ ਆਪ ਸਰਕਾਰ ਦੀ ਇਸ ਦੁਬਿਧਾ ਕਰਕੇ ਕੇਂਦਰ ਦਾ ਕਦਮ ਦਰ ਕਦਮ ਪੰਜਾਬ ਦੇ ਮਸਲਿਆਂ 'ਤੇ ਦਾਖਲ ਅਤੇ ਪੰਜਾਬ ਦੇ ਹੱਕ ਖੋਹਣ ਵਾਲੀ ਨੀਤੀ ਮਤਲਬ ਵੱਧਦੀ ਜਾ ਰਹੀ ਆ। ਚਲੋ ਬਸ, ਚਲੋ ਚੰਗੀ ਗੱਲ ਆ, ਮਤਲਬ ਉਹਨੂੰ ਪੰਜਾਬ ਦੇ ਮਸਲੇ ਜਿਹੜੇ ਅਸੀਂ ਕਿਹਾ ਇਹ ਲੈ ਕੇ ਅੰਗਰੇਜ਼ਾਂ ਨੂੰ ਲਿਆਉਣ ਬਾਰੇ ਕਿ ਅੱਜ ਮੀਟਿੰਗ ਜਿਹੜੀ ਤੁਸੀਂ ਚੀਮਾ ਸਾਹਿਬ ਤੁਸੀਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਜ ਐਡੀਟਰ ਸਾਹਿਬ ਦੀ ਮੀਟਿੰਗ ਵੀ ਹੋਈ ਹੈ, ਚੈਨਲ ਦਾ ਨਾਮ ਵੀ ਲਿਆ, ਨਹੀਂ ਮੁਲਾਕਾਤ ਕਰਕੇ ਮੁਲਾਕਾਤ ਕੀਤੀ, ਐਸਾ ਕਿਹਾ? ਪਹਿਲਾਂ ਵੀ ਉਹਨਾਂ ਦਾ ਬਿਆਨ ਆਇਆ ਸੀ ਮਜੀਠੀਆ ਸਾਹਿਬ ਵੀ ਉਹਨੂੰ ਖਤਰਾ ਹੈ, ਕਿ ਕਿਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਐਕਚੁਅਲ 'ਚ ਕੀ ਮਤਲਬ ਅੱਜ ਮੁਲਾਕਾਤ ਦੇ ਵਿੱਚ ਨਿਕਲਿਆ? ਦੇਖੋ, ਗੱਲ ਇਹ ਹੈ ਕਿ ਮਜੀਠੀਆ ਸਾਹਿਬ ਦਾ ਜਿਹੜਾ ਸਿਕਿਉਰਿਟੀ ਦਾ ਇਸ਼ੂ ਹੈ ਉਹ ਤਾਂ ਆਲਰੇਡੀ ਇਸ ਕਰਕੇ ਜੈਡ ਪਲੱਸ ਸਿਕਿਉਰਿਟੀ ਆਲਰੇਡੀ ਉਹਨਾਂ ਨੂੰ ਮਿਲੀ ਹੋਈ ਹੈ, ਔਰ ਜਦੋਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿਹੜੀ ਸਟੇਟ ਦੀ ਪੁਲਿਸ ਨੇ ਵੀ ਨਾਲ ਦੀ ਨਾਲ ਜਿਹੜੇ ਜੇਲ੍ਹ ਡਿਪਾਰਟਮੈਂਟ ਨੂੰ ਲਿਖਤੀ ਤੌਰ 'ਤੇ ਦਿੱਤਾ ਸੀ ਕਿ ਉਹਨਾਂ ਦੀ ਸਿਕਿਉਰਿਟੀ ਨੂੰ ਜਿਹੜੀ ਹੈ ਥ੍ਰੈਟ ਹੈ, ਇਸ ਕਰਕੇ ਇਹ ਤਾਂ ਸਾਰੀਆਂ ਚੀਜ਼ਾਂ ਹੁਣ ਰਿਕਾਰਡ ਹੈ ਪਹਿਲਾਂ ਹੀ ਆਲਰੇਡੀ, ਕਿ ਜਿਹੜਾ ਬੰਦਾ ਜੈਡ ਪਲੱਸ ਜਿਹੜਾ ਪ੍ਰੋਟੈਕਟ ਹੀ ਹੈ, ਕੁਦਰਤੀ ਗੱਲ ਹੈ ਕਿ ਉਹ ਕਿਸੇ ਥਾਂ 'ਤੇ ਵੀ ਹੋਵੇ, ਜੇਲ੍ਹ ਦੇ ਅੰਦਰ ਹੋਵੇ ਬਾਹਰ ਹੋਵੇ, ਜਿਹੜੀ ਥ੍ਰੈਟ ਪਰਸੈਪਸ਼ਨ ਹੈ ਉਹਦੀ ਉਹ ਤਾਂ ਉਸੇ ਤਰ੍ਹਾਂ ਰਹਿੰਦੀ, ਦੁਸ਼ਮਣ ਦਾ ਕੀ ਪਤਾ ਹਰ ਥਾਂ 'ਤੇ ਹੀ ਆਪਣਾ ਮੌਕਾ ਭਾਲਦਾ, ਜਦੋਂ ਬਾਕੀ ਸਿਕਿਉਰਿਟੀ ਵਿਦਡਰਾਨ ਹੁੰਦੀ ਹੈ ਵਿਦਿਨ ਜੇਲ੍ਹ, ਅਤੇ ਉੱਥੇ ਐਡੀਸ਼ਨਲ ਸਿਕਿਉਰਿਟੀ ਤੁਹਾਨੂੰ ਉਹਨਾਂ ਵਾਸਤੇ ਕਰਨੀ ਪਊਗੀ ਐਜ਼ ਪਰ ਲਾਅ ਆ, ਔਰ ਤੁਹਾਡੀ ਆਪਣੀ ਜਿਹੜੀ ਸਟੇਟ ਦੀ ਪੁਲਿਸ ਹੈ ADGP ਸਿਕਿਉਰਿਟੀ ਹੈ, ਉਹਨੇ ਆਪ ਜਿਹੜਾ ਜੇਲ੍ਹ ਡਿਪਾਰਟਮੈਂਟ ਨੂੰ ਲਿਖਿਆ ਕਿਆ ਸਿਕਿਉਰਿਟੀ ਕੰਸਰਨ ਹੈ। ਓਕੇ ਜੀ, ਥੈਂਕ ਯੂ।
ਦੇਖੋ ਅਸੀਂ 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 ਤੰਗੀਆਂ ਦੀ ਗੱਲ ਨਹੀਂ ਕਰਦੇ, ਤੰਗੀਆਂ ਤੋਂ ਕੋਈ ਫਰਕ ਨਹੀਂ ਪੈਂਦਾ। ਇੱਕ ਜਿਹੜੀ ਹੈ ਹਰ ਇੱਕ ਦੇ ਜਿਹੜੀ ਜੇਲ੍ਹ ਮੈਨੂਅਲ ਦੇ ਅਕੋਰਡਿੰਗ ਸਾਰਿਆਂ ਦੇ ਰਾਈਟਸ ਹੁੰਦੇ। ਕਿਸੇ ਦੇ ਰਾਈਟਸ ਵਾਇਲੇਟ ਕਰੋਗੇ, ਕਿਸੇ ਦੀ ਸਿਕਿਉਰਿਟੀ ਨੂੰ ਖਤਰੇ 'ਚ ਪਾਓਗੇ ਤਾਂ ਕੁਦਰਤੀ ਗੱਲ ਹੈ, ਉਹ ਕੰਸਰਨ ਜਿਹੜਾ ਰੇਜ਼ ਕਰਨਾ ਸਾਡੀ ਆਪਣੀ ਡਿਊਟੀ। ਅਸੀਂ ਕੋਈ ਉੱਥੇ ਫੇਵਰ ਨਹੀਂ ਚਾਹੁੰਦੇ ਅਕਾਲੀਆਂ ਦੇ, ਜਿਹਨਾਂ ਨਾਲ ਅਕਾਲੀਆਂ ਦੀ ਪੁਰਾਣੀ ਚੰਗੀ ਬਣਦੀ ਆਈ ਆ, ਕੋਈ ਇੰਨਾ ਜੇਲ੍ਹ ਤੋਂ ਨਹੀਂ ਕੋਈ ਅਕਾਲੀ ਡਰਦਾ। ਇਸ ਕਰਕੇ ਜਿਹੜੇ ਬਾਕੀ ਕੰਸਰਨ ਹੈ ਸਪੈਸ ਕਰਨੇ ਬਣਦੇ ਆ। ਜਦੋਂ ਤੁਸੀਂ ਵਾਇਲੇਟ ਕਰਦੇ ਹੋ, ਸਾਜ਼ਿਸ਼ਾਂ ਰਚਦੇ ਹੋ, ਇੱਦਾਂ ਦੇ ਜਿਹੜੇ ਹੋਰ ਘਟੀਆ ਹਰਕਤਾਂ ਕਰਦੇ ਹੋ, ਉਹ ਕੁਦਰਤੀ ਗੱਲ ਹੈ। ਗੁਰਮੁਖੀ ਜੀ ਕਹਿੰਦੇ ਗੱਲ ਜੋ ਚੀਮਾ ਸਾਹਿਬ ਨੇ ਕਹੀ ਹੈ, ਸੈਂਟਰਲ ਇੰਟੈਲੀਜੈਂਸ ਦੀ ਇਨਪੁੱਟ ਹੈ, ਪੰਜਾਬ ਦੇ ADGP ਇੰਟੈਲੀਜੈਂਸ ਨੇ ਕਿਹਾ ਕਿ ਸਿਕਿਉਰਿਟੀ ਕੰਸਰਨ ਹੈ, ਸਾਡਾ ਕੰਸਰਨ ਸਿਰਫ ਇੰਨਾ ਕਿ ਇਫ ਐਨੀਥਿੰਗ ਹੈਪਨਸ ਟੂ ਹਿਮ ਇਨ ਜੇਲ੍ਹ, ਦੀ ਗਵਰਨਮੈਂਟ ਸ਼ੈਲ ਬੀ ਰਿਸਪੋਂਸਿਬਲ। ਬਿਲਕੁਲ, ਸਿੰਪਲ ਗੱਲ ਹੈ।